ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਨ ਪਾਈਏ। ਸਤਿ ਸ਼੍ਰੀ ਅਕਾਲ, ਵਾਇਸ ਆਫ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ। ਇਸ ਵਕਤ ਅਸੀਂ ਗੁਰੂ ਘਰ ਬਾਬੇ ਕੇ ਭਾਂਖਰਪੁਰ ਪਿੰਡ ਜਿਹੜਾ ਡੇਰਾਬੱਸੀ ਦੇ ਬਿਲਕੁਲ ਨਾਲ ਪੈਂਦਾ, ਉੱਥੇ ਪਹੁੰਚੇ ਹੋਏ ਹਾਂ। ਜਾਗਰੂਕਤਾ ਲਹਿਰ NGO ਦੁਆਰਾ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ, ਦੰਦਾਂ ਦਾ ਫ੍ਰੀ ਚੈੱਕਅਪ ਕੈਂਪ, ਨਸ਼ਾ ਛਡਾਊ ਚੈੱਕਅਪ ਕੈਂਪ, ਜਿਹੜੇ ਸੱਜਣ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਫਰਦਰ ਟ੍ਰੀਟਮੈਂਟ ਦੇ ਲਈ ਕੈਂਪ ਲਗਾਇਆ ਗਿਆ। ਡਾਕਟਰਸ ਦੀ ਸਾਰੀ ਟੀਮ ਪਹੁੰਚੀ ਹੋਈ ਹੈ। ਮਾਨਵ ਕਲਿਆਣ ਚੈਰੀਟੇਬਲ ਅੱਖਾਂ ਅਤੇ ਦੰਦਾਂ ਦਾ ਹਸਪਤਾਲ, ਉਹਨਾਂ ਦੀ ਟੀਮ ਪਹੁੰਚੀ ਹੋਈ ਹੈ। ਵਲੰਟੀਅਰ ਜਿਹੜੇ ਜਾਗਰੂਕਤਾ ਲਹਿਰ ਦੇ ਨੇ, ਉਹ ਵਲੰਟੀਅਰ ਸਵੇਰ ਤੋਂ ਲੈ ਕੇ ਲਗਾਤਾਰ ਪਹੁੰਚੇ ਹੋਏ ਨੇ। ਵੱਖ ਵੱਖ ਪਿੰਡਾਂ ਤੋਂ ਮਰੀਜ਼ ਬੀਬੀਆਂ ਅਤੇ ਮਰੀਜ਼ ਜਿਹੜੇ ਨੇ ਉਹ ਆਪਣੇ ਅੱਖਾਂ ਦੇ ਇਲਾਜ ਦੇ ਲਈ, ਅੱਖਾਂ ਦੇ ਜਿਨ੍ਹਾਂ ਦੇ ਓਪਰੇਸ਼ਨ ਹੋਣੇ ਨੇ, ਜਿਨ੍ਹਾਂ ਦੇ ਲੈਂਸ ਪੈਣੇ ਨੇ, ਉਹ ਪਹੁੰਚੇ ਹੋਏ ਨੇ। ਜਿਨ੍ਹਾਂ ਦੀਆਂ ਅੱਖਾਂ ਦੇ ਉੱਤੇ ਚਸ਼ਮੇ ਲੱਗਣੇ ਨੇ, ਉਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਪ੍ਰੋਸੈਸ ਦੇ ਰਾਹੀਂ ਸਾਰਾ ਕੁਝ ਪਹੁੰਚਦਾ। ਪਰ ਆਓ ਤੁਹਾਨੂੰ ਇੱਕ ਵਾਰ ਵਾਇਸ ਆਫ ਪੰਜਾਬ ਟੀਵੀ ਦੇ ਕੈਮਰੇ ਦੀ ਅੱਖ ਦੇ ਰਾਹੀਂ ਸਾਰਾ ਪ੍ਰੋਸੀਜਰ ਸਮਝਾਉਂਦੇ ਹਾਂ, ਸਾਰਾ ਪ੍ਰੋਸੈਸ ਸਮਝਾਉਂਦੇ ਹਾਂ ਕਿ ਹੁੰਦਾ ਕਿਵੇਂ ਹੈ। ਅਸਲ 'ਚ ਕੀ ਹੈ ਕਿ ਜਿਹੜੀ ਇਹ ਸੰਸਥਾ ਹੈ ਜਾਗਰੂਕਤਾ ਲਹਿਰ ਨੇ ਇਹ ਬੀੜਾ ਚੁੱਕਿਆ ਹੋਇਆ ਕਿ ਜਿੰਨੀ ਵੀ ਮਾਨਵ ਕਲਿਆਣ ਦੀ ਸੇਵਾ ਹੋ ਸਕਦੀ ਹੈ, ਸਮਾਜ ਭਲਾਈ ਦੀ ਜਿੰਨੀ ਸੇਵਾ ਹੋ ਸਕਦੀ ਹੈ ਉਹ ਸੇਵਾ ਕੀਤੀ ਜਾਵੇ। ਸਭ ਤੋਂ ਪਹਿਲਾਂ ਗੁਰੂ ਘਰਾਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਸਵੇਰੇ ਸ਼ਾਮ ਅਨਾਊਂਸਮੈਂਟ ਕਰਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ 10 ਦਿਨ ਪਹਿਲਾਂ ਕਿ ਭਾਈ ਫਲਾਣੇ ਦਿਨ ਨੂੰ ਚੈੱਕਅਪ ਕੈਂਪ ਜਿਹੜਾ ਹੈ ਉਹ ਲੱਗਣਾ ਹੈ। ਮਰੀਜ਼ ਇੱਥੇ ਪਹੁੰਚਦੇ ਨੇ, ਇਸ ਕਾਊਂਟਰ ਦੇ ਉੱਤੇ ਜਿੱਥੇ ਦੋ ਵੀਰ ਬੈਠੇ ਹੈ, ਇੱਥੇ ਜਿਹੜੇ ਮਰੀਜ਼ ਨੇ ਉਹ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਆ, ਆਪਣਾ ਪਤਾ, ਆਪਣਾ ਨੰਬਰ, ਉਹ ਸਾਰਾ ਕੁਝ ਦੱਸਦੇ ਆ, ਉਮਰ, ਪਿੰਡ, ਉਹ ਸਾਰਾ ਕੁਝ ਦੱਸਦੇ ਆ। ਉਸ ਤੋਂ ਬਾਅਦ ਜਿਹੜੇ ਮਰੀਜ਼ ਨੇ ਉਹ ਇੱਥੋਂ ਰੈਫਰ ਕੀਤੇ ਜਾਂਦੇ ਆ ਉਸ ਕਾਊਂਟਰ ਦੇ ਉੱਤੇ, ਜਿੱਥੇ ਜਾ ਕੇ ਉਹਨਾਂ ਦਾ ਸੈਂਪਲ ਕਲੈਕਸ਼ਨ ਜਿਹੜੀ ਆ ਉਹ ਹੁੰਦੀ ਆ। ਉਸ ਤੋਂ ਬਾਅਦ ਅੱਗੇ ਜਿਹੜਾ ਇੱਕ ਕਮਰਾ ਹੈ ਉਸ ਦੇ ਵਿੱਚ ਡਾਕਟਰ ਬੈਠੇ ਨੇ, ਉਹ ਚੈੱਕਅਪ ਕਰਦੇ ਨੇ। ਉਸ ਤੋਂ ਬਾਅਦ ਜਿਹੜੇ ਵੱਡੇ ਡਾਕਟਰ ਸਾਹਿਬ ਨੇ ਉਹ ਦੱਸਦੇ ਨੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ, ਕਿਹੜੀ ਦਿੱਕਤ ਹੈ, ਅਤੇ ਕਿਵੇਂ ਤੁਸੀਂ ਜਿਹੜੇ ਹੋ ਆਪਣਾ ਇਲਾਜ ਜਿਹੜਾ ਹੈ ਜਾਗਰੂਕਤਾ ਲਹਿਰ ਦੀ ਇਸ ਮੁਹਿੰਮ ਨਾਲ ਜੁੜ ਕੇ ਕਰਵਾ ਸਕਦੇ ਹੋ। ਆਓ ਤਾਂ ਫਿਰ ਇਸ ਸਮਾਜ ਸੇਵਾ ਦਾ ਜਿਹੜਾ ਕਾਰਜ ਹੈ, ਜਿਹੜਾ ਕਿ ਬਹੁਤ ਵੱਡਾ ਕਾਰਜ ਹੈ, ਹੈ ਨਾ, ਜਿੱਦਾਂ ਕਹਿੰਦੇ ਆ ਨਾ ਕਿ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਅਤੇ ਜਹਾਨ ਗਿਆ, ਅਤੇ ਅੱਖਾਂ ਨੂੰ ਸਾਂਭਣ ਦਾ ਕੰਮ ਵੀ ਹੈ, ਅੱਖਾਂ ਦੀ ਸਾਂਭ ਸੰਭਾਲ ਦਾ ਕੈਂਪ ਵੀ ਹੈ, ਅਤੇ ਦੰਦਾਂ ਦਾ ਕੈਂਪ ਵੀ ਆ। ਜਿੱਦਾਂ ਬਾਬਾ ਸ਼ੇਖ ਫਰੀਦ ਨੇ ਜਿੱਦਾਂ ਫਰਮਾਇਆ ਹੈ ਕਿ ਇਹ ਦੋਏ ਨੈਣਾ ਮਤ ਛੋਹਿਓ ਮੋਹੇ ਪਿਰ ਦੇਖਣ ਕੀ ਆਸ, ਕਿ ਭਾਵਾਂ ਸਰੀਰ ਸਾਰਾ ਪਿੰਜਰ ਹੋ ਗਿਆ ਪਰ ਮੇਰੇ ਆ ਜਿਹੜੇ ਦੋ ਨੈਣ ਨੇ ਨਾ, ਇਹਨਾਂ ਨੂੰ ਨਾ ਕੱਢਿਓ, ਇਹਨਾਂ ਨੂੰ ਨਾ ਛੋਹਿਓ, ਕਿਉਂਕਿ ਮੈਂ ਉਸ ਦੇ ਦਰਸ਼ਨ ਦੀਦਾਰ ਕਰਨੇ ਨੇ ਆਪਣੇ ਮੁਰਸ਼ਦ ਦੇ, ਜਿਸ ਦੀ ਉਮੀਦ ਦੇ ਵਿੱਚ, ਜਿਸ ਦੀ ਆਸ ਦੇ ਵਿੱਚ ਮੈਂ ਸਾਰੀ ਜ਼ਿੰਦਗੀ ਜਿਹੜੀ ਬੰਦਗੀ ਆ ਉਹ ਕਰਦਾ ਰਿਹਾ। ਆਓ ਤਾਂ ਫਿਰ ਗੱਲਬਾਤ ਡਾਕਟਰ ਸਾਹਿਬਾਨਾਂ ਨਾਲ ਵੀ ਕਰਦੇ ਹਾਂ, ਗੱਲਬਾਤ ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਕਰਦੇ ਹਾਂ ਕਿ ਕਿਵੇਂ ਸਾਰਾ ਜਿਹਾ ਇਹ ਜਿਹੜੀ ਸਮਾਜ ਸੇਵਾ ਦਾ ਕੰਮ ਹੈ ਉਹ ਚੱਲਦਾ ਹੈ। ਆਓ ਪਹਿਲਾਂ ਡਾਕਟਰ ਸਾਹਿਬਾਨਾਂ ਦੀ ਟੀਮ ਕੋਲ ਪਹੁੰਚਦੇ ਹਾਂ ਕਿ ਕਿਵੇਂ ਪ੍ਰੋਸੈਸ ਹੁੰਦਾ, ਉਹ ਸਾਰਾ ਕੁਝ ਆਪਾਂ ਸਮਝਣ ਦਾ ਯਤਨ ਜਿਹੜਾ ਸਾਡੇ ਸੀਨੀਅਰ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਵਕਤ ਅਸੀਂ ਉਸ ਮੇਨ ਕਾਊਂਟਰ ਦੇ ਉੱਤੇ ਪਹੁੰਚੇ ਹਾਂ ਜਿੱਥੋਂ ਮਰੀਜ਼ ਪੇਸ਼ੈਂਟ ਜਿਹੜਾ ਵੀ ਹੈ, ਚਾਹੇ ਉਹ ਦੰਦਾਂ ਦਾ ਹੈ ਚਾਹੇ ਅੱਖਾਂ ਦਾ ਹੈ, ਉਹਨਾਂ ਨੂੰ ਜਿਹੜੀ ਸਹੀ ਸਲਾਹ ਹੈ ਉਹ ਦੇ ਕੇ ਅਗਲੇਰੀ ਜਿਹੜੀ ਕਾਰਵਾਈ ਹੈ ਉਸ ਦੇ ਲਈ ਸਮਝਾਇਆ ਜਾਂਦਾ ਹੈ, ਉਸ ਦੇ ਲਈ ਗਾਈਡ ਕੀਤਾ ਜਾਂਦਾ, ਟੀਚ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਨਮਸਕਾਰ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ TR ਗੁਲਾਟੀ ਹੈ, ਮੈਂ ਮਾਨਵ ਕਲਿਆਣ ਸੰਸਥਾ ਦਾ ਸੇਵਾਦਾਰ ਹੈ ਔਰ ਮੈਂ ਪਿਛਲੇ 6-7 ਸਾਲਾਂ ਤੋਂ ਇਸ ਸੰਸਥਾ ਨਾਲ ਜੁੜਿਆ ਹਾਂ ਔਰ ਨਿਸ਼ਕਾਮ ਸੇਵਾ ਕਰਦਾ ਹਾਂ। ਅਤੇ ਆਪਾਂ ਬਹੁਤ ਜਗ੍ਹਾ ਕੈਂਪ ਲਗਾਉਂਦੇ ਰਹੇ ਹਾਂ ਔਰ ਉੱਥੇ ਫ੍ਰੀ ਚੈੱਕਅਪ, ਫ੍ਰੀ ਦਵਾਈ ਦਿੰਦੇ ਹਾਂ ਔਰ ਇਸੇ ਮੱਦੇਨਜ਼ਰ ਨੂੰ ਅੱਗੇ ਚਲਾਉਂਦੇ ਹੋਏ ਗੁਰਦੁਆਰਾ ਸਾਹਿਬ ਭਾਂਖਰਪੁਰ ਸੰਸਥਾ ਨੇ ਇਹ ਕੈਂਪ ਲਗਵਾਇਆ ਹੈ। ਇੱਥੇ ਆਪਾਂ ਅੱਖਾਂ ਦਾ ਅਤੇ ਦੰਦਾਂ ਦਾ ਚੈੱਕਅਪ ਕਰ ਰਹੇ ਹਾਂ ਔਰ ਸਭ ਕੁਝ ਫ੍ਰੀ ਚੈੱਕਅਪ ਹੋ ਰਿਹਾ ਹੈਗਾ, ਦਵਾਈ ਵੀ ਫ੍ਰੀ ਦਿੱਤੀ ਜਾ ਰਹੀ ਹੈ। ਡਾਕਟਰ ਸਾਹਿਬ, ਕਿੱਦਾਂ ਦਾ ਰਿਸਪੋਂਸ ਹੁੰਦਾ ਜਦੋਂ ਮਰੀਜ਼ ਸਾਡੇ ਕੋਲ ਪਹੁੰਚਦੇ ਆ? ਕਿਉਂਕਿ ਵੈਸੇ ਤਾਂ 20-25-30 ਹਜ਼ਾਰ ਰੁਪਇਆ ਲਾ ਕੇ ਵੀ ਲੋਕ ਅੱਖਾਂ ਦੇ ਲੈਂਜ਼ ਪਵਾਉਂਦੇ ਆ, ਆਪਰੇਸ਼ਨ ਕਰਵਾਉਂਦੇ ਆ, ਉਹ ਸਫਲ ਵੀ ਹੁੰਦੇ ਆ, ਨਹੀਂ ਵੀ ਸਫਲ ਹੁੰਦੇ, ਪਰ ਇਹ ਜਿਹੜਾ ਸਮਾਜ ਸੇਵਾ ਦਾ ਕਾਰਜ ਹੈ ਉਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਸਿਆਣਿਆਂ ਨੇ ਕਿਹਾ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਅਤੇ ਸਵਾਦ ਗਿਆ, ਠੀਕ ਹੈ, ਤੁਸੀਂ ਅੱਖਾਂ ਜਹਾਨ ਵੀ ਸਾਂਭਣ ਦਾ ਕੰਮ ਕਰ ਰਹੇ ਹੋ ਅਤੇ ਸਵਾਦ ਵੀ ਸਾਂਭਣ ਦਾ ਕੰਮ ਕਰ ਰਹੇ ਹੋ, ਕਿੱਦਾਂ ਦਾ ਰਿਸਪੋਂਸ ਹੁੰਦਾ ਜਿਹੜੇ ਬਜ਼ੁਰਗ ਸਾਡੇ ਕੋਲ ਪਹੁੰਚਦੇ ਆ? ਕਈ ਵਿਚਾਰੇ ਪੈਸੇ ਨਹੀਂ ਖਰਚ ਸਕਦੇ ਹੁੰਦੇ, ਪਰ ਇਹ ਤਾਂ ਹੈ ਹੀ ਜਾਗਰੂਕਤਾ ਲਹਿਰ ਅਤੇ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਵੱਲੋਂ ਜਾਂ ਅੱਖਾਂ ਦੇ ਹਸਪਤਾਲ ਵੱਲੋਂ ਇਹ ਸਾਰਾ ਕੁਝ ਹੈ ਹੀ ਫ੍ਰੀ ਹੈ, ਲੋਕਾਂ ਦੇ ਮਨ ਦੇ ਵਿੱਚ ਕਿੱਦਾਂ ਦੇ ਭਾਵ ਹੁੰਦੇ ਆ ਜਾਂ ਉਹਨਾਂ ਦੇ ਚਿਹਰਿਆਂ 'ਤੇ ਕਿਸ ਤਰ੍ਹਾਂ ਦੀ ਖੁਸ਼ੀ ਜਾਂ ਅੱਖਾਂ ਦੇ ਵਿੱਚ ਕਿੱਦਾਂ ਦੀ ਚਮਕ ਵੇਖਦੇ ਹੋ? ਸਾਡੀ ਸੰਸਥਾ ਜ਼ਿਆਦਾਤਰ ਪਿੰਡਾਂ ਦੇ ਵਿੱਚ ਕੈਂਪ ਲਗਾਉਂਦੇ ਹਾਂ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ,
क्योंकि ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਅਤੇ ਜਾਗਰੂਕਤਾ ਵੀ ਨਹੀਂ ਹੈ ਉਹ ਅੱਖਾਂ ਦੀ ਨਜ਼ਰ ਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦੇ ਉਹ ਕਹਿੰਦਾ ਕੰਮ ਚੱਲ ਰਿਹਾ ਅਤੇ ਚਲੀ ਜਾਂਦਾ ਹੈਗਾ ਪਰ ਨਹੀਂ ਉਹ ਕਈ ਵਾਰੀ ਇਤਨਾ ਮੋਤੀਆ ਪੱਕ ਜਾਂਦਾ ਹੈ ਅਤੇ ਉਹ ਕਾਲਾ ਮੋਤੀਆ ਹੋਣ ਦਾ ਡਰ ਰਹਿੰਦਾ ਅਤੇ ਸਾਡੇ ਕੈਂਪ ਲਗਾਉਣ ਦਾ ਮਕਸਦ ਹੈ ਲੋਕਾਂ ਨੂੰ ਜਾਗਰੂਕ ਕਰਨਾ ਕਿ ਦੰਦਾਂ ਦਾ ਅਤੇ ਅੱਖਾਂ ਦਾ ਜਿਹੜਾ ਇਲਾਜ ਹੈ ਟਾਈਮ 'ਤੇ ਕਰਾਇਆ ਜਾਏ ਅਤੇ ਬਹੁਤ ਅੱਛੇ ਰਿਜ਼ਲਟ ਆਉਂਦੇ ਹਨ ਅਤੇ ਨਾਲ ਪਿੰਡਾਂ ਦੇ ਵਿੱਚ ਜਿਵੇਂ ਗਰੀਬੀ ਹੈ ਇਤਨਾ ਕੰਮ ਕਾਰ ਨਹੀਂ ਹੈ ਅਤੇ ਉਹਨਾਂ ਦੇ ਜਿਹੜੇ ਲਿੰਫ ਵੀ ਹੈ ਅਤੇ ਕੁਛ ਤਾਂ ਕੈਂਪਾਂ 'ਚ ਆਪਾਂ ਫਰੀ ਵੀ ਪਾਉਂਦੇ ਹਾਂ ਕੁਛ ਜੋ ਵੀ ਦੂਸਰੇ ਵੀ ਪਾਉਂਦੇ ਉਹ ਵੀ ਬੜੇ ਚੈਰੀਟੇਬਲ ਰੇਟ 'ਤੇ ਹੁੰਦੇ ਹਨ ਔਰ ਲੋਕਲ ਪੈਂਦਾ ਹੈ ਕਿਸੇ ਮਰੀਜ਼ ਨੂੰ ਵੱਡੇ ਸ਼ਹਿਰਾਂ 'ਚ ਪੰਚਕੂਲਾ ਮੋਹਾਲੀ ਚੰਡੀਗੜ੍ਹ ਅੰਬਾਲਾ ਨਹੀਂ ਜਾਣਾ ਪੈਂਦਾ ਕਿ ਉੱਥੇ ਵੀ ਚੱਕਰ ਲਗਾਉਣੇ ਉੱਥੇ ਆਉਣੇ ਜਾਣੇ ਦਾ ਵੀ ਖਰਚਾ ਹੁੰਦਾ ਟਾਈਮ ਦੀ ਬਰਬਾਦੀ ਹੁੰਦੀ ਹੈ ਅਤੇ ਆਪਾਂ ਉਹਨਾਂ ਦੇ ਲੋਕਲ ਲੈਵਲ 'ਤੇ ਹੀ ਸਾਰੇ ਜੋ ਮੈਡੀਕਲ ਕਾਊਂਸਲ ਆਫ ਇੰਡੀਆ ਦੀ ਗਾਈਡਲਾਈਨਸ ਦੇ ਤਹਿਤ ਆਪਾਂ ਉਹਨਾਂ ਦਾ ਸਾਰੀ ਸੇਵਾ ਕਰਦੇ ਹਾਂ ਔਰ ਬੜੇ ਭਗਵਾਨ ਦੀ ਦਇਆ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਅੱਛੇ ਰਿਜ਼ਲਟ ਹਨ ਲੋਕ ਬਹੁਤ ਖੁਸ਼ ਹਨ ਧੀਰੇ ਧੀਰੇ ਸਾਰੇ ਜੁੜ ਰਿਹਾ ਔਰ ਸਾਡੀ ਸੰਸਥਾ ਦਿਨ ਪਰ ਦਿਨ ਅੱਗੇ ਕੋਸ਼ਿਸ਼ ਕਰ ਰਹੀ ਹੈ ਕਿ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਪਹੁੰਚੀਏ ਜਿੱਥੇ ਉਹਨਾਂ ਦੀ ਜ਼ਰੂਰਤ ਹੈ ਬਹੁਤ ਧੰਨਵਾਦ ਗੁਲਾਟੀ ਸਾਹਿਬ ਹੋਰ ਜਿਹੜੇ ਪ੍ਰਬੰਧਕ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬੜੀਆਂ ਕੜੀਆਂ ਹੁੰਦੀਆਂ ਨੇ ਚੀਜ਼ਾਂ ਕੜੀਆਂ ਦੇ ਨਾਲ ਤੁਰਦੀਆਂ ਨੇ ਕਿਉਂਕਿ ਇੱਕ ਚੇਨ ਸਿਸਟਮ ਹੈ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਆਪਣਾ ਆਪਣੀ ਸਥਾਨ ਦਿੱਤਾ ਬੈਠਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਭੁਪਿੰਦਰ ਸਿੰਘ ਜੀ ਸਦਾ ਭੁਪਿੰਦਰ ਸਿੰਘ ਜੀ ਜਾਗਰੂਕਤਾ ਲਹਿਰ ਨਾਲ ਜੁੜੇ ਹੋਏ ਹੋ ਤੁਸੀਂ ਜਾਗਰੂਕਤਾ ਲਹਿਰ ਚਲਾ ਰਹੇ ਹੋ ਜਾਗਰੂਕਤਾ ਵੈਸੇ ਬੜੀ ਜ਼ਰੂਰੀ ਹੈ ਭਾਂਖੋਪੁਰ ਪਿੰਡ ਦੇ ਵਿੱਚ ਚੰਗਾ ਸਥਾਨ ਰੱਖਦੇ ਹੋ ਤੁਸੀਂ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਕੋਈ ਅਸੀਸਾਂ ਦੇ ਕੇ ਜਾਂਦਾ ਕੋਈ ਦੁਆਵਾਂ ਦੇ ਕੇ ਜਾਂਦਾ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਹੁੰਦੀ ਹੈ ਕਿਸੇ ਦੇ ਲੈਂਜ਼ ਪੈਂਦੇ ਆ ਕਿਉਂਕਿ ਤੁਸੀਂ ਮੈਨੂੰ ਪਤਾ ਲੱਗਿਆ ਕਿ ਆਪਣੇ ਵੱਲੋਂ ਜਿਹੜੀ ਲੈਂਜ਼ਾਂ ਦੀ ਸੇਵਾ ਉਹ ਨਿਭਾਉਂਦੇ ਹੋ ਜਿਹੜੇ ਖਰਚੇ ਆਉਂਦੇ ਹੋ ਤੁਸੀਂ ਆਪਣੇ ਵੱਲੋਂ ਬੀਅਰ ਕਰਦੇ ਹੋ ਮਨ ਦੇ ਵਿੱਚ ਵਿਚਾਰ ਕੀ ਪਨਪਰੇ ਹੁੰਦੇ ਆ ਉਦੋਂ ਜਦੋਂ ਸੇਵਾ ਭਾਵ ਚੱਲ ਰਿਹਾ ਹੁਣ ਮਨ ਦੇ ਤਾਂ ਪਿੱਛੇ ਤਾਂ ਇਹੀ ਹੈ ਜੀ ਸਾਨੂੰ ਐਂ ਆ ਵੀ ਜਿੰਨੀ ਕੁ ਅਸੀਂ ਸੇਵਾ ਕਰ ਸਕੀਏ ਪਬਲਿਕ ਦੀ ਉਹ ਬਹੁਤ ਅੱਛੀ ਗੱਲ ਆ ਹੁਣ ਪਰਮਾਤਮਾ ਨੇ ਚਲੋ ਜੇ ਬਖਸ਼ੀ ਆ ਸਾਨੂੰ ਦਿੱਤੇ ਚਾਰ ਪੈਸੇ ਆਪਾਂ ਨੂੰ ਲਾਉਣੇ ਚਾਹੀਦੇ ਮਨ ਅਸੀਂ ਦੇਖੋ ਪਿੰਡ 'ਚ ਵੀ ਪਹਿਲੇ ਵੀ ਮੈਂ ਆਪਣਾ ਗੁਰਦੁਆਰੇ ਸਾਹਿਬ ਦਾ ਮੈਂਬਰ ਵੀ ਹਾਂ ਇੱਥੇ ਗੁਰਦੁਆਰਾ ਸਾਹਿਬ ਦੀ ਮੀਟਿੰਗ ਜੋ ਵੀ ਹੈ ਪ੍ਰਬੰਧਕ ਕਮੇਟੀ ਉਹਦੇ ਮੈਂਬਰ ਹਾਂ ਹੁਣ ਅਸੀਂ ਇਹ ਸੋਚਿਆ ਵੀ ਚਲੋ ਇੱਥੇ ਆਪਾਂ ਆਏ ਅੱਖਾਂ ਦਾ ਦੰਦਾਂ ਦਾ ਕੈਂਪ ਲਵਾਈਏ ਵੀ ਕੈਂਪ ਲਵਾ ਕੇ ਵੀ ਜਿੰਨੇ ਵੀ ਆਪਾਂ ਲੈਂਜ ਪਾਉਣੇ ਆ ਉਹ ਮੈਂ ਆਪਣੇ ਆਪਣੇ ਵੱਲੋਂ ਜਿੰਨਾ ਵੀ ਖਰਚਾ ਹੋਊਗਾ ਉਹ ਮੈਂ ਆਪਣੇ ਵੱਲੋਂ ਦੇਣਾ ਲੱਖ ਲੱਗੇ ਡੇਢ ਲੱਗੇ ਜੋ ਵੀ ਲੱਗੇ ਤਾਂ ਉਹ ਅਸੀਂ ਵੀ ਸੋਚ ਕੇ ਕੈਂਪ ਲਵਾਇਆ ਜੀ ਅੱਛਾ ਅਸੀਂ ਪਹਿਲੇ ਵੀ ਆਪਾਂ ਜਿੰਨਾ ਬੱਚੇ ਹਾਂ ਛੋਟੇ ਉਹਨਾਂ ਨੂੰ ਵਰਦੀਆਂ ਹਰ ਸਾਲ ਵਰਦੀਆਂ ਸਕੂਲ 'ਚ ਪਿੱਛੇ ਅਸੀਂ ਭਗਵਾਸ ਦੇ ਕੇ ਆਏ ਹਾਂ ਰਾਮ ਆਪਣਾ ਭਗਵਾਨਪੁਰ ਅੱਛੇ ਭਾਂਖਰਪੁਰ ਅਸੀਂ ਅੰਦਰ ਆ ਸਕੂਲ ਬਾਹਰ ਆ ਇਹ ਵੀ ਅਸੀਂ 8-10 ਸਾਲ 15 ਸਾਲ ਹੋ ਗਏ 20 ਸਾਲ ਅਸੀਂ ਇਹ ਸੇਵਾ ਕਰਦੇ ਰਹਿੰਦੇ ਹਾਂ ਆਪਣੇ ਵੱਲੋਂ ਕਿਹੋ ਜਿਹਾ ਲੋਕਾਂ ਦਾ ਰਿਸਪੋਂਸ ਹੁੰਦਾ ਜਦੋਂ ਪਿੰਡਾਂ 'ਚ ਅਨਾਊਂਸਮੈਂਟ ਕਰਵਾਉਂਦੇ ਹੋ ਉਦੋਂ ਬਾਅਦ ਲੋਕ ਇੱਥੇ ਜਿਹੜੇ ਪੇਸ਼ੈਂਟ ਨੇ ਮਰੀਜ਼ ਨੇ ਉਹ ਪਹੁੰਚਦੇ ਨੇ ਗੱਲਬਾਤ ਹੁੰਦੀ ਆ ਉਹਨਾਂ ਨਾਲ ਕੀ ਕਹਿੰਦੇ ਨੇ ਉਹ ਇਸ ਉਪਰਾਲੇ ਬਾਰੇ ਕੀ ਕਹਿੰਦੇ ਨੇ ਬਹੁਤ ਵਧੀਆ ਕਹਿੰਦੇ ਜੀ ਤੁਸੀਂ ਬਹੁਤ ਅੱਛਾ ਕੰਮ ਕਰਿਆ ਵੀ ਹੁਣ ਦੇਖੋ ਲੋਕ ਹੋਰ ਸੇਵਾ ਵੀ ਕਰਦੇ ਕਰਦੇ ਵੀ ਸਭ ਤੋਂ ਵੱਡੀ ਸੇਵਾ ਜਿਹੜਾ ਆਪਾਂ ਅੱਖਾਂ ਕਿਸੇ ਨੂੰ ਜਹਾਨ ਦਿਖ ਜਾਏ ਹੁਣ ਅੱਖਾਂ ਦਾ ਤਾਂ ਇੱਕ ਐਸਾ ਕੰਮ ਹੈ ਜੀ ਇੰਨਾ ਹੋ ਗਿਆ ਉਹ ਤੋਂ ਬੈਠ ਗਿਆ ਵਿਚਾਰਾ ਘਰੇ ਹੁਣ ਇਹ ਚੀਜ਼ ਐਸੀ ਆ ਵੀ ਜੇ ਅਗਲੇ ਨੂੰ ਜਹਾਨ ਦਿਖ ਜਾਵੇ ਉਹ ਤਾਂ ਕਹਿੰਦੇ ਸਾਡੀ ਜ਼ਿੰਦਗੀ ਬਣ ਗਈ ਸਾਨੂੰ ਕਿਸੇ ਤੋਂ ਬਾਹਰੋਂ ਕੋਈ ਵਿੱਤੀ ਮਦਦ ਲੈਣੀ ਹੋ ਕਿਸੇ ਤੋਂ ਕੋਈ ਬਾਹਰੋਂ ਪੈਸਾ ਕੋਈ ਸਹਾਇਤਾ ਜਾਂ ਸਾਰਾ ਕੁਝ ਤੁਸੀਂ ਆਪਣੇ ਆਪਣੇ ਪੱਧਰ ਤੋਂ ਆਪਣੇ ਵੱਲੋਂ ਕਿਸੇ ਤੋਂ ਅਸੀਂ ਪੈਸੇ ਨਹੀਂ ਲਿਆ ਜੀ ਇੱਕ ਰੁਪਇਆ ਵੀ 5 ਪੈਸੇ ਨਹੀਂ ਲਏ ਕਿਸੇ ਤੋਂ ਉਹ ਆਪਣੇ ਵੱਲੋਂ ਦਿੰਦੇ ਹਾਂ ਅਸੀਂ ਸਾਰਾ ਮੈਂ ਸਿਰਫ ਆਪਣੇ ਵੱਲੋਂ ਦਿੰਦਾ ਇਹ ਬੜੀ ਮਹੱਤਵਪੂਰਨ ਗੱਲ ਹੈ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਡਾਕਟਰਾਂ ਦੀ ਟੀਮ ਨਾਲ ਵੀ ਗੱਲਬਾਤ ਕਰਦੇ ਹਾਂ ਬਾਕੀ ਸਾਰਾ ਪ੍ਰੋਸੈਸ ਮਰੀਜ਼ਾਂ ਨਾਲ ਵੀ ਗੱਲਬਾਤ ਕਰਦੇ ਹਾਂ ਦਿਖਾਉਂਦੇ ਹਾਂ ਸਮਝਾਉਂਦੇ ਹਾਂ ਵੀ ਸਾਰਾ ਕੁਝ ਅਸਲ 'ਚ ਤਾਣਾ ਬਾਣਾ ਚੱਲਦਾ ਕਿਵੇਂ ਹੈ ਕਿਉਂਕਿ ਸੇਵਾ ਕਮਾਉਣੀ ਵੀ ਸੌਖਾ ਕੰਮ ਨਹੀਂ ਜਦੋਂ ਸੇਵਾ ਕਰ ਰਹੇ ਹੁੰਦੇ ਹਾਂ ਉਦੋਂ ਵੀ ਬੜੇ 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 ਕਿਸਮ ਦੇ ਕਿੰਤੂ ਪਰੰਤੂ ਲੋਕ ਖੜ੍ਹੇ ਕਰ ਦਿੰਦੇ ਆ ਪਰ ਜਿਨ੍ਹਾਂ ਨੇ ਆਪਣੇ ਰਾਹੇ ਚੱਲਣਾ ਉਹ ਆਪਣਾ ਨਿਸ਼ਚਾ ਕਰਕੇ ਗੁਰੂ ਦੀ ਓਟ ਲੈ ਕੇ ਆਪਣੇ ਰਾਹੇ ਤੁਰਦੇ ਰਹਿੰਦੇ ਆ ਇਹ ਪੜਾਅ ਦਰ ਪੜਾਅ ਨੇ ਜਿੱਦਾਂ ਪਹਿਲਾਂ ਦੱਸਿਆ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਉਸ ਤੋਂ ਬਾਅਦ ਇਹ ਪਹੁੰਚੇ ਹੋਏ ਜਿਸ ਕਾਊਂਟਰ 'ਤੇ ਪਹੁੰਚੇ ਹਾਂ ਇੱਥੇ ਸੈਂਪਲ ਕਲੈਕਸ਼ਨ ਹੁੰਦੀ ਆ ਬਲੱਡ ਦੀ ਸੈਂਪਲ ਕਲੈਕਸ਼ਨ ਹੁੰਦੀ ਆ ਜਾਂ ਹੋਰ ਜਿਹੜੀ ਵੀ ਸੈਂਪਲਿੰਗ ਹੋਣੀ ਹੁੰਦੀ ਹੈ ਜਿਸ ਦੇ ਵਿੱਚੋਂ ਇਹ ਪਤਾ ਲੱਗਦਾ ਕਿ ਕਿਸ ਪੇਸ਼ੈਂਟ ਨੂੰ ਬੀ ਪੀ ਹੈ ਕਿਸ ਦਾ ਸ਼ੂਗਰ ਹੈ ਤਾਂ ਕਿ ਜਦੋਂ ਉਹਨਾਂ ਦਾ ਓਪਰੇਟ ਹੋਣਾ ਹੈ ਜਦੋਂ ਲੈਂਜ਼ ਪੈਣੇ ਹੈ ਤਾਂ ਉਹ ਕਿਸ ਕਿਸਮ ਦੇ ਜਿਹੜੇ ਅਹਤਿਆਤ ਨੇ ਉਹ ਵਰਤਣੇ ਨੇ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਕੀ ਨਾਂ ਤੁਹਾਡਾ ਨਮਸਕਾਰ ਜੀ ਮੇਰਾ ਨਾਮ ਰਵੀ ਹੈ ਜੀ ਰਵੀ ਜੀ ਤੁਹਾਡੇ ਇਸ ਪ੍ਰੋਸੈਸ ਬਾਰੇ ਸਮਝਾਓ ਸਾਰਾ ਕਿ ਕਿੱਦਾਂ ਇਹ ਪ੍ਰੋਸੈਸ ਹੁੰਦਾ ਅਤੇ ਇੱਕ ਖਾਸ ਤੌਰ ਦੇ ਉੱਤੇ ਦੇਖੋ ਤੁਸੀਂ ਮੈਡੀਕਲ ਖਿੱਤੇ ਨਾਲ ਜੁੜੇ ਹੋ
ਤੁਹਾਡੀ ਤਾਂ ਜਿਹੜੀ ਓਥ ਹੈ ਉਸ ਓਥ ਦੇ ਵਿੱਚ ਹੀ ਸੇਵਾ ਭਾਵ ਦੀ ਗੱਲ ਕੀਤੀ ਜਾਂਦੀ ਹੈ ਕਿ ਫਰੀ ਸਰਵਿਸ ਔਰ ਹਿਊਮੈਨਿਟੀ ਫਸਟ ਹੈ ਨਾ। ਪਰ ਇਹ ਜਿਹੜੇ ਜਿਹੜੇ ਕੁਝ ਲੋਕ ਲੱਗੇ ਹੋਏ ਆ ਜਿੱਦਾਂ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਹੋਸਪਿਟਲ ਲੱਗਿਆ ਹੋਇਆ ਜਾਂ ਇੱਥੋਂ ਦੀ ਜਾਗਰੂਕਤਾ ਲਹਿਰ ਜਾਂ ਹੋਰ ਜਿਹੜੇ ਇੱਦਾਂ ਦੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ, ਜਦੋਂ ਇਹ ਫਰੀ ਸਰਵਿਸ ਕਰਦੀਆਂ ਨੇ ਉਦੋਂ ਫਿਰ ਤੁਹਾਡੇ ਮਨ 'ਚ ਕੀ ਖਿਆਲ ਆਉਂਦੇ ਹੁੰਦੇ ਨੇ? ਜਾਂ ਫਿਰ ਬਾਕੀ ਜਿਹੜੇ ਲੋਕ ਸਿਰਫ ਪੈਸੇ ਦੇ ਪਿੱਛੇ ਹੀ ਹੋ ਗਏ, ਬੜੇ ਮਹਿੰਗੇ ਮਹਿੰਗੇ ਲੈਂਸ ਵੀ ਪੈਂਦੇ ਆ, ਮਹਿੰਗੇ ਮਹਿੰਗੇ ਓਪਰੇਟ ਵੀ ਹੁੰਦੇ ਆ, ਤੁਹਾਡੇ ਮਨ 'ਚ ਉਦੋਂ ਕੀ ਵਿਚਾਰ ਚੱਲਦੇ ਹੁੰਦੇ ਨੇ ਜਦੋਂ ਇੱਦਾਂ ਦੇ ਫਰੀ ਕੈਂਪ ਤੁਸੀਂ ਔਰਗੇਨਾਈਜ਼ ਕਰਦੇ ਹੋ ਜਾਂ ਪਾਰਟ ਆਫ ਇਹਨਾਂ ਕੈਂਪਾਂ ਦਾ ਬਣਦੇ ਹੋ? ਸਰ ਪਹਿਲਾਂ ਤਾਂ ਜੀ ਦੇਖੋ, ਇਹ ਹੈ ਕਿ ਅਸੀਂ ਜੋ ਕਰ ਰਹੇ ਹਾਂ ਇਹ ਟੈਸਟਿੰਗ ਹੈ, ਇਹ ਪ੍ਰੀ ਓਪਰੇਟਿਵ ਇਨਵੈਸਟੀਗੇਸ਼ਨ ਹੁੰਦੀ ਹੈ। ਇਹਦੇ 'ਚ ਸ਼ੂਗਰ, ਐਚ ਆਈ ਵੀ, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਇਹ ਟੈਸਟ ਹੁੰਦੇ ਹੈ, ਠੀਕ ਹੈ ਜੀ, ਤਾਂ ਕਿ ਇਹਨਾਂ ਤੋਂ ਪਤਾ ਲੱਗ ਸਕੇ ਕਿ ਕਿਸੇ ਨੂੰ ਇੱਦਾਂ ਦੀ ਇਨਫੈਕਸ਼ਨ ਤਾਂ ਨਹੀਂ ਹੈ। ਸ਼ੂਗਰ ਕਿਸੇ ਦਾ ਹਾਈ ਹੁੰਦਾ ਤਾਂ ਉਹਨੂੰ ਫਿਰ ਮੈਡੀਕੇਸ਼ਨ ਕਰਕੇ ਉਸ ਤੋਂ ਬਾਅਦ ਓਪਰੇਟ ਕਰਾਇਆ ਜਾਏਗਾ। ਬਾਕੀ ਰਹੀ ਗੱਲ ਦੂਜੀ, ਤੁਸੀਂ ਜਿਹੜਾ ਪੁੱਛਿਆ ਕਿ ਜੀ ਅਗਰ ਕੋਈ ਸੇਵਾ ਭਾਵ ਨਾਲ ਇਹ ਕਰ ਰਿਹਾ, ਤਾਂ ਦੇਖੋ ਅਲੱਗ ਅਲੱਗ ਤਰ੍ਹਾਂ ਦੀ ਦੁਨੀਆ, ਆਪਾਂ ਸਾਰਿਆਂ ਲਈ ਇੱਕ ਪੈਮਾਨਾ ਨਹੀਂ ਰੱਖ ਸਕਦੇ। ਕੋਈ ਬਿਜ਼ਨਸ ਕਰ ਰਿਹਾ, ਕੋਈ ਚੈਰਿਟੀ ਕਰ ਰਿਹਾ, ਠੀਕ ਹੈ ਜੀ, ਅਤੇ ਲੋਕ ਜਾਣ ਵਾਲੇ ਬਿਜ਼ਨਸ ਵਾਲੇ ਕੋਲ ਵੀ ਜਾ ਰਹੇ ਨੇ, ਅਤੇ ਜਿਨ੍ਹਾਂ ਦੇ ਕੋਲ ਨਹੀਂ ਪੈਸਾ ਹੈਗਾ ਉਹ ਚੈਰਿਟੀ ਵਾਲੇ ਕੋਲ ਆ ਕੇ ਆਪਣਾ ਕੰਮ ਕਰਾ ਸਕਦੇ ਨੇ, ਠੀਕ ਹੈ ਜੀ। ਅਤੇ ਮੇਰੇ ਖਿਆਲ ਨਾਲ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਜਿਹੜੇ ਚੈਰਿਟੀ ਕਰ ਰਹੇ ਨੇ, ਅਤੇ ਆਪਾਂ ਵੀ ਉਸ ਸਿਸਟਮ ਦਾ ਅੱਜ ਹਿੱਸਾ ਬਣੇ ਹੋਏ ਹਾਂ ਜੀ। ਹਾਂ, ਮਨ ਨੂੰ ਸਕੂਨ ਮਿਲਦਾ, ਖੁਸ਼ੀ ਮਿਲਦੀ ਹੈ ਕਿ ਮਨ ਨੂੰ ਸਕੂਨ ਮਿਲਦਾ ਜੀ, ਇਹ ਤਾਂ ਹੈ, ਇੱਕ ਸੈਂਸ ਆਫ ਸੈਟੀਸਫੈਕਸ਼ਨ ਜੋ ਹੈ ਨਾ ਉਹ ਹੈ ਜ਼ਰੂਰ। ਹਾਂ, ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ, ਅੱਜ ਦਾ ਜ਼ਮਾਨਾ, ਤਾਂ ਆਪਾਂ ਨੂੰ ਪਤਾ ਹੈ ਕਿ ਮੈਂ ਫਸਟ ਹੋ ਗਿਆ। ਹਾਂ ਬਿਲਕੁਲ ਜੀ, ਬਾਕੀ ਜੋ ਹੁਣ ਹਾਲਾਤ ਚੱਲ ਰਹੇ ਹੈ ਕਰੋਨਾ ਨਾਲ, ਜੋ ਲੋਕ ਪ੍ਰਭਾਵਿਤ ਨੇ ਉਹਨਾਂ ਦੀ ਸਾਰਿਆਂ ਦੀ ਆਰਥਿਕ ਸਥਿਤੀ ਪ੍ਰਭਾਵਿਤ ਹੈ, ਉਹਦੇ 'ਚ ਆਪਾਂ ਸਾਰੇ ਹੀ ਹਾਂ, ਕਿਸੇ ਨਾ ਕਿਸੇ ਹੱਦ ਤੱਕ ਅਸੀਂ ਸਾਰੇ ਹੀ ਪ੍ਰਭਾਵਿਤ ਹੈ। ਤਾਂ ਜੋ ਗਰੀਬ ਤਬਕਾ ਉਹ ਕੁਛ ਜ਼ਿਆਦਾ ਹੱਦ ਤੱਕ ਪ੍ਰਭਾਵਿਤ ਹੈ, ਤਾਂ ਉਹਨਾਂ ਨੂੰ ਅਗਰ ਇਹੀ ਸਹੂਲਤ ਇਸ ਟਾਈਮ 'ਤੇ ਮਿਲਦੀ ਹੈ ਤਾਂ ਬਹੁਤ ਅੱਛੀ ਗੱਲ ਹੈ। ਥੈਂਕ ਯੂ ਵੈਰੀ ਮੱਚ ਸਾਡੇ ਨਾਲ ਗੱਲਬਾਤ ਕਰਨ ਲਈ। ਆਓ ਪੇਸ਼ੈਂਟਸ ਨਾਲ ਗੱਲਬਾਤ ਕਰਦੇ ਹਾਂ, ਫਿਰ ਉਸ ਰੂਮ ਦੇ ਵਿੱਚ ਵੀ ਚੱਲਾਂਗੇ ਜਿੱਥੇ ਟੈਸਟਿੰਗ ਹੁੰਦੀ ਆ, ਉਹ ਪ੍ਰੋਸੈਸ ਵੀ ਤੁਹਾਨੂੰ ਦਿਖਾਵਾਂਗੇ। ਕਿਉਂਕਿ ਐਵੇਂ ਨਹੀਂ ਸਾਰੀਆਂ ਚੀਜ਼ਾਂ ਦੀਆਂ ਮਈਅਰਮੈਂਟਸ ਬਕਾਇਦਾ ਪ੍ਰੋਪਰ ਰੱਖੀਆਂ ਜਾਂਦੀਆਂ, ਕਿਉਂਕਿ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਜਿਹੜੇ ਇਸ ਤਰ੍ਹਾਂ ਦੇ ਫ੍ਰੀ ਜਿਹੜੇ ਮੈਡੀਕਲ ਕੈਂਪ ਲੱਗਦੇ ਆ, ਇਸ ਦੇ ਵਿੱਚ ਬਹੁਤ ਜ਼ਿਆਦਾ ਅਹਿਤਿਆਤ ਵਰਤਣੇ ਪੈਂਦੇ ਆ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ। ਜੇਕਰ ਕਿਸੇ ਦਾ ਮਤਲਬ 100% ਸੇਵਾ ਕਰਦੇ ਕਰਦੇ ਕਿਤੇ ਵਿੱਚੋਂ 0.5% ਜਾਂ 0.25% ਵੀ ਕਿਤੇ ਕੋਈ ਨੁਕਸਾਨ ਹੋ ਜਾਵੇ ਤਾਂ ਉਹ ਸਾਰੀ ਕੀਤੀ ਹੋਈ ਸੇਵਾ ਜਿਹੜੀ ਆ ਉਹ ਪੰਜਾਬੀ ਦਾ ਸ਼ਬਦ ਹੈ ਕਿ ਖੂਹ ਖਾਤੇ 'ਚ ਪੈਣ ਵਾਲੀ ਗੱਲ ਹੁੰਦੀ ਆ। ਪਰ ਇੱਥੇ ਬਹੁਤ ਚੈੱਕ ਐਂਡ ਮੇਟਸ ਰੱਖੇ ਜਾਂਦੇ ਆ, ਬੜੇ ਬੈਰੀਅਰ ਰੱਖੇ ਜਾਂਦੇ ਆ, ਸਾਫ਼ ਸਫਾਈ ਤੋਂ ਲੈ ਕੇ, ਕਿਉਂਕਿ ਕੋਵਿਡ ਦਾ ਦੌਰ ਵੀ ਚੱਲ ਰਿਹਾ, ਅਤੇ ਉੱਦਾਂ ਵੀ ਹਰ ਚੀਜ਼ ਦੀ ਜਿਹੜੀ ਇੱਕ ਸਹੀ ਤਰੀਕੇ ਨਾਲ ਸੈਂਪਲਿੰਗ ਹੋਣੀ, ਸੈਂਪਲਿੰਗ ਤੋਂ ਬਾਅਦ ਟੈਸਟਿੰਗ ਹੋਣੀ, ਉਹ ਸਾਰੀਆਂ ਚੀਜ਼ਾਂ ਦਾ ਬੜਾ ਬੜਾ ਧਿਆਨ ਰੱਖਿਆ ਜਾਂਦਾ। ਆਓ ਕੁਝ ਮਰੀਜ਼ਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵਿਚਾਰ ਸੁਣਦੇ ਹਾਂ, ਦੇਖਦੇ ਹਾਂ ਕਿ ਉਹ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਇਹਨਾਂ ਬਾਰੇ ਕੀ ਸੋਚਦੇ ਆ, ਜਾਂ ਜਿਹੜੇ ਨਹੀਂ ਜਾ ਸਕਦੇ ਮਹਿੰਗੇ ਡਾਕਟਰਾਂ ਦੇ ਇਲਾਜ ਕੋਲ, ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਦਾਂ ਦੇ ਕੈਂਪ ਲੱਗਦੇ ਆ ਜਾਂ ਕੋਈ ਸੇਵਾ ਕਰਦਾ, ਚੈਰਿਟੀ ਕਰਦਾ? ਇਸ ਕੈਂਪ ਦਾ ਸਭ ਤੋਂ ਜ਼ਰੂਰੀ ਭਾਗ ਉਹ ਸਾਡੇ ਜਿਹੜੇ ਉਹ ਪੇਸ਼ੈਂਟ ਨੇ ਜਿਹੜੇ ਵੱਖ ਵੱਖ ਪਿੰਡਾਂ ਤੋਂ ਆਏ ਨੇ ਮਰੀਜ਼, ਜਿਹੜੇ ਜਿਨ੍ਹਾਂ ਕਰਕੇ ਇਹ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ, ਕਿਉਂਕਿ ਚੈਰਿਟੀ ਸੇਵਾ ਜਿਹੜੀ ਹੈ ਜੇ ਉਹ ਸਹੀ ਤਰੀਕੇ ਨਾਲ ਇਹਨਾਂ ਤੱਕ ਨਹੀਂ ਪਹੁੰਚੂਗੀ ਫਿਰ ਉਹਦਾ ਫਾਇਦਾ ਕੋਈ ਨਹੀਂ। ਸਾਡੇ ਨਾਲ ਮਾਤਾਵਾਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਮੈਨੂੰ ਗਰੀਬੋ ਹੈ। ਕਿਹੜਾ ਪਿੰਡ ਹੈ ਤੁਹਾਡਾ? ਯੋਹੀ ਭੰਕਰਪੁਰ। ਭੰਕਰਪੁਰ। ਬੀਬੀ ਕਿਆ ਦੱਸਿਆ ਤੁਹਾਨੂੰ ਡਾਕਟਰ ਨੇ, ਐਨਕ ਲੱਗਣੀ ਹੈ ਜਾਂ ਲੈਂਜ ਪੈਣਾ? ਲੈਂਜ ਪੈਣਾ ਨਹੀਂ ਕਹਿ ਰਿਹਾ ਜੀ। ਕਦੋਂ ਕਿਹਾ ਆਪਰੇਸ਼ਨ ਕਰਾਉਣਾ? ਆਪਰੇਸ਼ਨ ਨਹੀਂ ਕਰਨੂੰ ਤੋ ਬੁਲਾਏ ਹੈ, ਇਹ ਦੇਖੋ ਵੀ ਕਦ ਕਰੇਂਗੇ। ਹਾਂ ਬੀਬੀ, ਜਿਹੜੇ ਇਦਾਂ ਦੇ ਫ੍ਰੀ ਕੈਂਪ ਲੱਗਦੇ ਆ ਜਿਨ੍ਹਾਂ 'ਚ ਕੋਈ ਪੈਸਾ ਨਹੀਂ ਲੈਂਦੇ, ਕਿਵੇਂ ਲੱਗਦਾ? ਵੀ ਊਂ ਤਾਂ ਲੋਕ 20-25 ਹਜ਼ਾਰ ਲੈ ਕੇ ਲੈਂਜ ਪਾਉਂਦੇ ਨੇ, ਬਹੁਤ ਮਹਿੰਗੇ ਆਪਰੇਸ਼ਨ ਹੁੰਦੇ ਨੇ, ਬੜੇ ਮਹਿੰਗੇ ਹਸਪਤਾਲ ਨੇ। ਫਿਰ ਮੈਂ 12-13 ਹਜ਼ਾਰ ਰੁਪਇਆ ਲਾ ਕੇ, ਕੁਛ ਠੀਕ ਨਹੀਂ ਹੈ, ਦੂਸਰਾ ਸਾਲ ਲੱਗ ਗਿਆ ਕਰਵਾਏ ਨੇ। ਹੁਣ ਇਹ ਜਿਹੜੇ ਫ੍ਰੀ ਪਾਉਣਗੇ ਕਿਵੇਂ ਲੱਗਦਾ? ਵਧੀਆ, ਚੰਗੀ ਗੱਲ ਹੈ? ਨਹੀਂ ਠੀਕ ਹੋਵਾਂ ਜੀ, ਇਹ ਤਾਂ ਵਧੀਆ ਪਾਵਾਂ। ਹਾਂਜੀ ਮਾਤਾ ਜੀ, ਤੁਹਾਡਾ ਵੀ ਆਪਰੇਸ਼ਨ ਹੋਣਾ ਜੀ? ਕੀ ਸਤਿ ਸ਼੍ਰੀ ਅਕਾਲ, ਕੀ ਨਾਂ ਜੀ ਤੁਹਾਡਾ? ਪ੍ਰੇਮ ਕੌਰ। ਕਿਹੜਾ ਪਿੰਡ ਹੈ ਜੀ ਤੁਹਾਡਾ? ਭੰਕਰ। ਜਿਹੜੇ ਲੋਕ ਹੈ ਸੇਵਾ ਕਰਦੇ ਹਨ, ਕਿਉਂਕਿ ਸੇਵਾ ਕਰਨੀ ਵੀ ਬਹੁਤ ਔਖੀ ਆ, ਕਰਾਉਣੀ ਤਾਂ ਚਲੇ ਔਖੀ ਉਹ ਹੈਗੀ ਆ, ਜਿਹੜੀ ਮੈਂ ਗੱਲ ਇਹਨਾਂ ਨਾਲ ਕੀਤੀ ਸੀ ਵੀ ਇਹਨਾਂ ਨੇ 12-13 ਹਜ਼ਾਰ ਰੁਪਈਆ ਲਾ ਕੇ ਪਹਿਲਾਂ ਆਪਰੇਸ਼ਨ ਕਰਾਇਆ, ਲੈਂਜ ਪਵਾਇਆ, ਜਿਹੇ ਜੀ ਆ ਮਤਲਬ ਤੁਹਾਨੂੰ ਇੱਥੇ ਫ੍ਰੀ ਦੇ ਵਿੱਚ ਡਾਕਟਰ ਚੈੱਕ ਵੀ ਕਰਦੇ ਆ, ਸੈਂਪਲ ਵੀ ਲੈਂਦੇ ਆ, ਲੈਂਜ ਵੀ ਫ੍ਰੀ ਪਾਉਣਗੇ, ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੜੇ ਉਪਰਾਲੇ ਹੁੰਦੇ ਆ? ਠੀਕ ਹੈ ਜੀ, ਠੀਕ ਕਹਿ ਰਹੇ ਹਾਂ, ਅੱਛੇ ਕੰਮ ਕਰ ਰਹੇ ਹਾਂ ਜੀ, ਠੀਕ ਕੰਮ ਕਰ ਰਹੇ ਹਾਂ, ਸਿਆਣੇ ਬੰਦੇ ਦੀ ਸੇਵਾ ਹੋ ਰਹੀ, ਠੀਕ ਹੈ ਜੀ, ਸਭ ਠੀਕ ਕਰ ਰਹੇ ਹਾਂ।
ਜਿਹੜੇ ਕਈ ਗਰੀਬ ਪੈਸੇ ਨਹੀਂ ਲਾ ਸਕਦੇ ਵਿਚਾਰੇ, ਕਿਉਂਕਿ ਹੁਣ ਪਿੱਛੇ ਜਿਹੇ 4 ਮਹੀਨੇ ਕੰਮ 5 ਮਹੀਨੇ ਬੰਦ ਰਹੇ, ਸਾਰਾ ਕੁਛ ਬੰਦ ਰਿਹਾ, ਉਹਨਾਂ ਵਾਸਤੇ ਕੀ ਸੋਚਦੇ ਹੋ ਇਹੋ ਜਿਹੇ ਕੈਂਪ ਲੱਗਣ ਬਾਰੇ? ਠਾਕੁਰ ਜੀ ਵੀ ਅੱਛਾ ਜੀ ਭਲਾ ਕੰਮ ਕਰ ਰਹੇ ਹਾਂ ਜੀ, ਭਲਾ ਹੋ ਰਿਹਾ ਹੈ, ਸਭ ਕਾ ਭਲਾ ਕਰ ਰਹੇ ਹੈ ਜੀ, ਉਹਨਾਂ ਵਾਸਤੇ ਤਾਂ ਠੀਕ ਹੈ, ਬਹੁਤ ਅੱਛਾ ਕੰਮ ਹੈ, ਹੈ ਅੱਛਾ ਹੋਣਾ ਵੀ ਚਾਹੀਦਾ ਜੀ। ਹੁਣ ਆਪਣੇ ਪਿੰਡ ਵਿੱਚ ਇਹ ਕਰ ਰਹੇ ਹੈਗੇ, ਯਾਨੀ ਕਿ ਬਹੁਤ ਸ਼ਾਬਾਸ਼ੀ ਹੈ, ਚੰਗਾ ਕਿਸੇ ਬਜ਼ੁਰਗ ਠੀਕ ਕਰ ਰਹੇ ਹਾਂ ਨਾ, ਵਧੀਆ ਹੈ। ਹਾਂਜੀ ਅਸੀਸਾਂ ਦਿੰਦੇ ਹੋ? ਹਾਂ ਅਸੀਸਾਂ ਦਿਲੇ ਅਸੀਸਾਂ ਦਿੰਦਾ, ਜਿਹਨੂੰ ਦੁਨੀਆਂ ਦੇਖਣੀ ਉਹ ਅਸੀਸਾਂ ਹੀ ਦਊਗਾ। ਹਾਂ ਜਿਹਨੂੰ ਦੇਖਣਾ ਹੀ ਕੁਛ ਨਹੀਂ, ਉਹਨੇ ਅਸੀਸਾਂ ਕਿਆ ਦੇਣੀਆਂ, ਦੱਸੋ ਭਲਾ ਹੀ ਹੋਇਆ ਕਿ ਪਰਮਾਤਮਾ ਸਭ ਕਰਨੇ ਵਾਲਾ ਹੈਗਾ, ਸਿਆਣੇ ਬੰਦੇ ਆਪਣੀ ਬੈ ਹੋ ਗਏ ਨਾ। ਬੀਬੀ ਨੇ ਬਹੁਤ ਸੋਹਣੀ ਗੱਲ ਕਹੀ ਭਾਈ, ਵੀ ਜਿਹਨੂੰ ਦੁਨੀਆਂ ਦੇਖਣ ਲੱਗ ਗਈ ਉਹ ਅਸੀਸਾਂ ਹੀ ਦਊਗਾ। ਇਹ ਅਸੀਸਾਂ ਬੜੀਆਂ ਜ਼ਰੂਰੀ ਨੇ, ਇਹ ਜਿਹੜੀਆਂ ਦੁਆਵਾਂ ਨੇ ਇਹ ਬੜੀਆਂ ਜ਼ਰੂਰੀ ਨੇ। ਇਸ ਕੈਂਪ ਦੇ ਵਿੱਚ ਸਾਡੇ ਨਾਲ ਕੁਛ ਹੋਰ ਭਾਈ ਸਾਹਿਬ ਜੁੜੇ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇੱਦਾਂ ਦੇ ਜਿਹੜੇ ਉਪਰਾਲੇ ਹੁੰਦੇ ਆ ਉਹਨਾਂ ਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਮਿਲਦਾ, ਕੀ ਖੱਟਣ ਵੱਟਣ ਨੂੰ ਮਿਲਦਾ, ਜਾਂ ਫਿਰ ਕੀ ਸੋਚਦੇ ਨੇ ਜਿਹੜੇ ਇੱਦਾਂ ਦੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਜੀ ਤੁਹਾਡਾ? ਅੰਗਰੇਜ਼ ਸਿੰਘ ਜੀ। ਅੰਗਰੇਜ਼ ਸਿੰਘ ਜੀ, ਇਸ ਕੈਂਪ ਦੇ ਵਿੱਚ ਤੁਸੀਂ ਵੀ ਆਪਣਾ ਇਲਾਜ ਕਰਾਉਣ ਲਈ ਪਹੁੰਚੇ ਹੋ? ਅੱਖਾਂ ਦਾ ਇਲਾਜ? ਹਾਂਜੀ ਹਾਂ। ਕੀ ਦੱਸਿਆ ਪਹਿਲਾਂ? ਹੁਣ ਡਾਕਟਰ ਸਾਹਿਬ ਨੇ ਤੁਹਾਡਾ ਟੈਸਟ ਵੈਸਟ ਕਰ ਲਏ, ਕੀ ਦੱਸਿਆ? ਕਰਾਇਆ ਸੀ ਜੀ ਪਟਿਆਲੇ, ਉਹ ਵੀ ਫ੍ਰੀ ਕੀਤਾ ਸੀ, ਉਹ ਸਾਡੇ NRI ਕੈਂਪ ਲਾਉਂਦੇ ਆ ਨਹਿਰ 'ਤੇ ਗੁਰਦੁਆਰਾ ਬਣਿਆ ਘਨੌਰ, ਉਹ ਆਏ ਸਾਲ ਸੇਵਾ ਕਰਦੇ ਜੀ, 800 ਕੈਂਪ ਸੀ ਉਹਨਾਂ ਦਾ, ਬਾਹਰ ਕਨੇਡਾ ਤੋਂ ਆਉਂਦੇ ਜੀ ਪਾਰਟੀ, ਉਹ ਭਲੇ ਦਾ ਕੰਮ ਕਰਦੇ ਜੀ, ਲੋਕਾਂ ਦੀ ਸੇਵਾ ਕਰਦੇ ਆ, ਗਰੀਬ ਬੰਦਾ ਨਹੀਂ ਪਵਾ ਸਕਦਾ, ਹੁਣ ਲੋਕਡਾਊਨ 'ਚ ਪੈਸਾ ਨਹੀਂ ਬਣਦਾ ਜੀ, ਹਾਂ ਇਸ ਕਰਕੇ ਬੜਾ ਵਧੀਆ ਇਹਨਾਂ ਦਾ ਉਪਰਾਲਾ ਜੀ। ਜਿਹੜਾ ਇਹ ਉਪਰਾਲਾ ਇਹ ਇੱਥੇ ਇਹਨਾਂ ਨੇ ਕੀਤਾ ਹੋਇਆ ਤੁਹਾਡਾ, ਤੁਹਾਨੂੰ ਹੁਣ ਓਪਰੇਸ਼ਨ ਦਾ ਦਿਨ ਦੇਤਾ ਹੋਊਗਾ ਜਾਂ ਲੈਂਸ ਪਾਉਣ ਦਾ ਦਿਨ, ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਉਪਰਾਲਿਆਂ ਬਾਰੇ? ਵਧੀਆ ਜੀ, ਇਹਨਾਂ ਦੀ ਸੋਚ ਬਹੁਤ ਵਧੀਆ ਜੀ, ਤਾਂ ਗਰੀਬਾਂ ਦੀ ਸੇਵਾ ਕਰਦੇ ਹਾਂ, ਬਹੁਤ ਵਧੀਆ ਕੰਮ ਹੈ ਜੀ, ਹਾਂ ਜਨਤਾ ਵਾਸਤੇ ਭਲਾਈ ਦਾ ਕੰਮ ਹੈ ਜੀ, ਬਹੁਤ ਪਰਮਾਤਮਾ ਇਹਨਾਂ ਚੜ੍ਹਦੀ ਕਲਾ ਕਰੇ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਕੀ ਨਾਂ ਹੈ ਜੀ? ਜੀ ਮੇਰਾ ਪਿੰਡ ਭੰਗਠਪੁਰ ਹੈ ਜੀ, ਹਰਭਜਨ ਸਿੰਘ ਮੇਰਾ ਨਾਂ ਹੈ ਜੀ, ਅਤੇ ਚਿੱਟਾ ਇਲਾਜ ਕਰਾਉਣ ਪਹੁੰਚੇ ਸੀ? ਹਾਂਜੀ ਹਾਂਜੀ, ਮੈਨੂੰ ਚਿੱਟਾ ਮੋਤੀਆ ਦੱਸਿਆ ਇਹਨਾਂ ਨੇ, ਅਤੇ ਕਹਿੰਦੇ ਵੀ ਦਵਾਈ ਦਿਖੀ ਇਹਨਾਂ ਨੇ, ਉਹਦੇ ਨਾਲ ਕਹਿੰਦੇ ਕਾਫੀ ਠੀਕ ਹੋ ਜੂਗਾ। ਐਨਕ ਉਨਕ ਵੀ ਲਾਈ ਹੈ ਤੁਹਾਡੇ? ਐਨਕ ਲਾਤੀ ਜੀ ਨੇੜੇ ਦੀ, ਹਾਂਜੀ ਐਨਕ ਨੇੜੇ ਦੀ ਲੱਗ ਗਈ ਮੈਨੂੰ, ਹਾਂਜੀ ਨੇੜੇ ਦੀ, ਹਾਂ ਮਿਲ ਗਈ ਜੀ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਚਿੱਟਾ ਮੋਤੀਆ, ਖੈਰ ਉਮੀਦ ਹੈ ਕਿ ਠੀਕ ਹੋ ਜਾਏਗਾ, ਔਰ ਕੈਂਪ ਲੱਗਦੇ ਰਹਿਣਗੇ, ਇਸ ਕੈਂਪ ਦੇ ਵਿੱਚੋਂ ਖਾਸਾ ਕੁਛ ਜਿਹੜਾ ਉਹ ਫਾਇਦਾ ਹੁੰਦਾ ਰਹੇਗਾ। 20-25 ਹਜ਼ਾਰ ਲਾ ਕੇ ਜੀ, ਇਹ 10-15 ਹਜ਼ਾਰ ਲੰਚ ਪਾਣਗੇ ਜੀ, ਬਹੁਤ ਭਲਾਈ ਵਾਲਾ ਕੰਮ ਹੈ, ਭਲਾਈ ਵਾਲਾ ਕੰਮ ਹੈ, ਔਰ ਇੱਦਾਂ ਦੇ ਭਲਾਈ ਵਾਲੇ ਕੰਮ ਜਿਹੜੇ ਆ ਉਹ ਹੁੰਦੇ ਰਹਿਣੇ ਚਾਹੀਦੇ ਆ। ਆਓ ਤੁਹਾਨੂੰ ਉਹ ਕਮਰਾ ਦਿਖਾਉਂਦੇ ਹਾਂ ਜਿੱਥੇ ਟੈਸਟਿੰਗ ਹੁੰਦੀ ਹੈ, ਜਿਹੜੀ ਆਈ ਟੈਸਟਿੰਗ ਦਾ ਪ੍ਰੋਪਰ ਜਿਹੜਾ ਰੂਮ ਹੈ ਉਹ ਤੁਹਾਨੂੰ ਚੈੱਕ ਕਰਾਉਂਦੇ, ਜਿਹੜਾ ਆਰਜੀ ਤੌਰ ਦੇ ਉੱਤੇ ਬਣਾਇਆ ਹੋਇਆ ਜਿਹੜਾ ਡਾਕਟਰਸ ਦਾ ਰੂਮ ਹੈ, ਆਓ ਦਿਖਾਉਂਦੇ। नमस्कार मैम, क्या नाम है आपका? मेरा नाम निशु जंगड़े है। ये जो प्रोसेस है पूरा, आप हमें ना हमारे दर्शकों को ये बताइए कि ये क्या प्रोसेस है और कैसे आप ये मैयर करते हो कि किनको लेंस की ज़रूरत है, ऑपरेट की ज़रूरत है, और किनको किनकी आई साइट वीक है, उनको चश्मे से काम चल जाएगा, इन मशीनों का, क्योंकि ये सारी आधुनिक मशीनें हैं, वैसे तो सब अगर बाहर प्राइवेट से करवाते हैं तो महंगा पड़ता है सब कुछ, लेकिन यहाँ चैरिटी हो रही है, तो ये सारा प्रोसेस एक बार समझा दीजिए क्या है। सर दिस इज ऑटोरेफ, इससे ग्लासेस पावर निकालते हैं सर, कैरेटोमेट्री जो कि हम जब लेंस पावर डालते हैं उसके लिए सबसे मेन पॉइंट है कैरेटोमेट्री, वो कैरेटोमेट्री की रीडिंग भी सर इससे ही लेते हैं, और जो लेंस पावर है या फिर जो लेंसेज होते हैं ग्लासेस के जो पावर है उसके इसके थ्रू देखते हैं सर। ये रेटिनोस्कोप है सर, इसके थ्रू भी हम कैटरेक्ट वगैरह देख लेते हैं या ग्लो देखते हैं कि कितनी पावर के ग्लासेस लगेंगे उसको, ये सब चेक करते हैं सर। फर्स्ट ऑफ मैं यहाँ पर सर डायग्नोज कर रही हूँ कि पेशेंट को कैटरेक्ट है, ग्लोकोमा है या कोई रिफ्रैक्टिव एरर है। मेनली जो हमारे पास यहाँ पेशेंट आ रहे हैं 50 ईयर से अबो के आ रहे हैं, तो वो कैटरेक्ट या ग्लोकोमा ये ज़्यादा है सर, तो मैंने यहाँ सिर्फ कैटरेक्ट और ग्लोकोमा डिटेक्ट किया सर। और जो कुछ कम एज के आ रहे हैं उनको सिर्फ रिफ्रैक्टिव एरर है लाइक मायोपिया, हाइपरमेट्रोपिया, वो चीज़ डायग्नोज किया है सर मैंने यहाँ पर। ਸੋ ਇਹ ਦੇਖੋ ਬੜੇ ਮੈਂ ਤੁਹਾਨੂੰ ਸਾਫ਼ ਅਤੇ ਸਪੱਸ਼ਟ ਦੱਸ ਦਿੰਦਾ ਕਿ ਇੱਕ ਕੋਸ਼ਿਸ਼ ਹੈ ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਆਰਜੀ ਤੌਰ ਦੇ ਉੱਤੇ ਕਲੀਨਿਕ ਬਣਾਇਆ ਗਿਆ, ਆਧੁਨਿਕ ਮਸ਼ੀਨਾਂ ਨੇ ਸਾਰੀਆਂ, ਪੇਸ਼ੈਂਟ ਹੈਗੇ ਨੇ, ਉਹਨਾਂ ਦਾ ਟ੍ਰੀਟਮੈਂਟ ਕਿੱਦਾਂ ਹੁੰਦਾ ਮੈਡਮ ਨੇ ਦੱਸਿਆ ਕਿ ਕਿਹੜੀਆਂ ਚੀਜ਼ਾਂ ਜਿਹੜੇ ਬੇਸਿਕ ਸਟੈਪ ਨੇ ਉਹ ਨਾਲ ਚੱਲਦੇ ਨੇ। ਸੋ ਇਹ ਜਿਹੜੇ ਕਾਰਜ ਨੇ ਲਗਾਤਾਰ
सेवा भावना के उजारी ने। आओ कुछ एक होर जिहड़े सज्जन ने जिहड़े खास तौर दे उत्ते क्योंकि मैडिकल टीम नाल असीं कंटिन्यू सारयां नाल गल कीती, गुलाटी साहब नाल गल कीती, इस मैडिकल टीम नाल गल कीती, सैंपल कलैक्शन काउंटर दे उत्ते आपां गल कीती, साढ़े जिहड़े मरीज़ ने उहनां नाल गल कीती। हुण जिहड़ा सब तो बेस पॉइंट है उहनां नाल गल करदे हां। बेस पॉइंट जिहड़े उपराले करदे आ, चाहे वह मानव कल्याण की गल हो, चाहे जागरूकता लहर हो, जिहड़े भी लोग सोसाइटी दे विच चैरिटी कर रहे, सेवा कर रहे, सेवा करनी बड़ी औखी आ, पर फिर भी जिहड़े लोग लगे हुए निष्काम सेवा दे विच, आओ उन्हां नाल भी आपां गलबात करते हैं। नौजवानी वह तबका है जिस दे बिना कोई भी कार्ज जिहड़ा वह अधूरा मन्निया जांदा है। जदों नौजवान किसी भी काम दे विच जुट जांदे ने जां किसी सेवा भाव दे विच नौजवान आ जांदे ने तां वह काम नूं दुगनी तिगनी चौगनी जिहड़ी हल्लाशेरी है हुंगारा दा हुलारा मिल जांदा है। एक संस्था है जिहड़ी संस्था बड़ी देर तों पूरे विश्व के जिते जिते भाईचारे वसदे है, पूरे विश्व के जिते दिक्कत मुश्किल परेशानियां आदि ने, जिते सेवा की गल आती है वह उत्थे हुम हुम आ के पुजदे आ ते अपने वल्लों वलंटरी अपनी सेवा जिहड़ी है वह समर्पित करदे आ। यूनाइटेड सिक्स की गल कर रहे हैं आपां। पिछले दिन फगवाड़े गए सी, फगवाड़े दे विच किसान अंदोलन दे संघर्षां दे विच रैली हुई सी, उस दे विच भी यूनाइटेड सिक्स दे जिहड़े वलंटियर ने बहुत वड्डे पद्धर दे उत्ते पहुँचे हुए सी, वड्डा स्टॉल ला के लंगर की सेवा जिहड़ी है वह यूनाइटेड सिक्स दे जिहड़े नौजवान साथी सी वह निभा रहे सी। बर्तन तक साफ करन दी जिम्मेवारी जिहड़ी है वह इन्हां नौजवानों ने चक्की हुई सी। आओ गलबात करदे हां इत्थे भी इस कैंप दे विच जिहड़ा जागरूकता लहर वालों अते मानव कल्याण संस्था वालों जिहड़ा इह अखां दा नशा छड़ाऊ ते दंदां दा फ्री जिहड़ा चैकअप कैंप है उत्थे यूनाइटेड सिख दे जिहड़े वलंटियर ने नौजवान ने पहुंचे हुए ने। आओ गलबात करदे हां। सति श्री अकाल बाई जी, की नाम तुहाडा? थोड़ा जागे आ जो। इंदरजीत सिंह जी तुहाडा की नाम जी? बलजीत सिंह जी। किहड़ा पिंड आ तुहाडे दोवां दा? आपणा इही पंखरपुर है जी। तुहाडा भी? कदों जुड़े हो तुसीं यूनाइटेड सिख संस्था नाल? असीं सानूं जुड़े नूं बस लॉकडाउन दे कोरोना टाइम असीं जुड़े आ जी। हांजी, दोवें वीर। हांजी, ਹੋਰ ਕਿੰਨੇ ਵਲੰਟੀਅਰ ਨੇ ਆਪਣੇ ਪਿੰਡ ਤੋਂ ਯੂਨਾਈਟਿਡ ਸਿੱਖ ਨਾਲ ਜੁੜੇ ਹੋਏ? ਆਪਣੇ ਜੀ ਜਿਹੜੇ ਪਿੰਡ ਦੇ ਨੇ ਹੈ ਨਾ ਜੀ 10 ਕੁ ਦੇ ਕਰੀਬ ਹੈਗੇ ਨੇ ਜੀ, ਅਤੇ ਇੱਥੇ ਸਾਡੀ ਯੂਨਾਈਟਿਡ ਸਿੱਖ ਦਾ ਇਹ ਹੈ ਕਿ ਅਲੱਗ ਅਲੱਗ ਸਟੇਟਸ 'ਚ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਵਲੰਟੀਅਰ ਨੇ ਜੀ, ਅਤੇ ਆਪਣਾ ਸਾਡੇ ਇੱਥੋਂ ਦੇ ਜੀ 10 ਕੁ ਜਣੇ ਹੈਗੇ ਨੇ ਜੀ ਅਤੇ ਜੁੜ ਰਹੇ ਨੇ ਨਾਲ ਨਾਲ। ਹਾਂਜੀ, ਕਿਹੜੇ ਕਿਹੜੇ ਕਾਰਜ ਨੇ ਦੋਸਤੋ ਜਿਹੜੇ ਮੁੱਖ ਰੂਪ ਦੇ ਵਿੱਚ ਤੁਹਾਡੀ ਸੰਸਥਾ ਕਰਦੀ ਹੈ ਜਾਂ ਨੌਜਵਾਨ ਕਰਦੇ ਨੇ? ਸਾਡੇ ਇਸ ਟਾਈਮ ਤਾਂ ਜਿਹੜੇ ਚੱਲ ਰਹੇ ਆ ਕਾਰਜ ਜਿਵੇਂ ਕਿ ਧਰਨੇ ਚੱਲ ਰਹੇ ਨੇ ਕਿਸਾਨੀ, ਹੈ ਨਾ ਜੀ, ਅਤੇ ਉਹਨਾਂ 'ਤੇ ਅਸੀਂ ਲੰਗਰ ਲੈ ਕੇ ਉੱਥੇ ਹਾਜ਼ਰ ਹੁੰਦੇ ਹਾਂ ਨਾ ਜੀ, ਉੱਥੇ ਜਿੰਨੀ ਸਾਡੇ ਸੇਵਾ ਹੋ ਸਕਦੀ ਅਸੀਂ ਕਰਦੇ ਹਾਂ ਜੀ, ਅਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਹੈ ਨਾ, ਜਿਵੇਂ ਕਿ ਲੰਗਰ ਦੀ ਸੇਵਾ ਜਾਂ ਰਾਸ਼ਨ ਦੀ ਸੇਵਾ, ਅਸੀਂ ਇੱਦਾਂ ਦੀ ਸੇਵਾ ਵੀ ਕਰਦੇ ਹਾਂ, ਸਾਡੀ ਟੀਮ ਵੱਲੋਂ ਦਿੱਤੀ ਜਾਂਦੀ ਹੈ ਜੀ। ਹਾਂਜੀ, ਆਪਣੇ ਟਾਈਮ ਨੂੰ ਫਿਰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਆਪਣੇ ਘਰਾਂ ਦੇ ਕੰਮਕਾਰ ਵੀ ਨੇ ਤੁਹਾਡੇ, ਆਪਣੇ ਖੇਤੀ ਕੁੱਤੀ ਦੇ ਕੰਮ ਵੀ ਹੋਣਗੇ, ਕਿਸੇ ਦੀ ਦੁਕਾਨ ਹੋਊਗੀ, ਕੋਈ ਪੜ੍ਹਦਾ ਹੋਊਗਾ, ਪੜ੍ਹਾਈ ਕਰਦਾ ਹੋਊ, ਹਾਲਾਂਕਿ ਸਕੂਲ ਕਾਲਜ ਹਜੇ ਘੱਟ ਖੁੱਲ੍ਹ ਰਹੇ ਨੇ, ਹੈ ਨਾ, ਫਿਰ ਉਹ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ ਤੁਸੀਂ, ਆਪਣੇ ਸਮੇਂ ਨੂੰ ਕਿਵੇਂ ਸੇਵਾ ਲਈ ਕੱਢਦੇ ਹੋ? ਇਹ ਤਾਂ ਜੀ ਬਸ ਕੁਦਰਤ 'ਚੋਂ ਨਿਕਲ ਜਾਂਦਾ ਟਾਈਮ ਜੀ, ਜਿੱਦਣ ਅਸੀਂ ਸਾਰੇ ਫ੍ਰੀ ਹੁੰਦੇ ਹਾਂ ਤਾਂ ਅਸੀਂ ਆਪਣਾ ਉਹ ਬਣਾ ਲੈਂਦੇ ਹਾਂ ਵੀ ਹਾਂ ਸਾਨੂੰ ਇਸ ਦਿਨ ਅਸੀਂ ਫ੍ਰੀ ਹਾਂ ਅਤੇ ਸਾਨੂੰ ਇੱਥੇ ਜਿੱਦਾਂ ਕਿ ਪਤਾ ਵੀ ਇੱਥੇ ਧਰਨੇ 'ਚ ਜਾਣਾ ਹੈ ਅਤੇ ਅਸੀਂ ਉਸ ਹਿਸਾਬ ਨਾਲ ਆਪਣਾ ਟਾਈਮ ਕੱਢ ਲੈਂਦੇ ਹਾਂ ਵੀ ਅੱਜ ਸੰਡੇ ਆ ਤਾਂ ਸੰਡੇ ਨੂੰ ਜ਼ਿਆਦਾਤਰ ਤਾਂ ਫ੍ਰੀ ਹੁੰਦੇ ਹਾਂ ਜੀ, ਅਤੇ ਅਸੀਂ ਸੰਡੇ ਨੂੰ ਪ੍ਰੋਗਰਾਮ ਬਣਾ ਲੈਂਦੇ ਹਾਂ ਵੀ ਇੱਥੇ ਜਾਣਾ ਹੈ। ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਤੁਹਾਨੂੰ ਜੇ ਤੁਹਾਨੂੰ ਜਾਣਕਾਰੀ ਹੈ ਯੂਨਾਈਟਿਡ ਸਿੱਖ ਜਿਹੜੀ ਆ ਆਪਣੀਆਂ ਸੇਵਾਵਾਂ ਨਿਭਾ ਰਿਹਾ? ਭਾਰਤ ਦੇ ਵਿੱਚ ਆਪਾਂ ਨੂੰ ਪਤਾ ਹੈ, ਪੰਜਾਬ ਦੇ ਵਿੱਚ, ਭਾਰਤ 'ਚ ਜਿੱਥੇ ਵੀ ਦਿੱਕਤ ਆਉਂਦੀ ਆ ਤੁਸੀਂ ਪਹੁੰਚਦੇ ਹੋ, ਜਿੱਦਾਂ ਖਾਲਸਾ ਏਡ ਪਹੁੰਚਦੀ ਆ ਉੱਦਾਂ ਯੂਨਾਈਟਿਡ ਸਿੱਖ ਵੀ ਪਹੁੰਚਦਾ ਮੁਸ਼ਕਲਾਂ ਦੇ ਟਾਈਮ ਦੇ ਵਿੱਚ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆਪਾਂ ਆਪਣਾ ਘੇਰਾ ਬਣਾਇਆ ਹੋਇਆ? ਹਾਂਜੀ, ਇਹ ਵੈਸੇ ਅਮੈਰੀਕਾ ਬੋਰਨ ਹੈ ਜੀ, 1999, ਹੈ ਨਾ ਜੀ, ਅਤੇ ਇਹ ਜੀ ਜਿਵੇਂ ਕਿ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਐਵੇਂ ਵੱਖ ਵੱਖ ਕੰਟਰੀਆਂ 'ਚ ਨਾ ਜੀ ਉੱਥੇ ਸੇਵਾਵਾਂ ਨਿਭਾ ਰਹੀਆਂ ਨੇ ਜੀ, ਅਤੇ ਜਿਵੇਂ ਕਿ ਹੁਣ ਇੰਡੀਆ 'ਚ ਵੀ ਹੈਗਾ ਆ, ਕਿਤੇ ਵੀ ਮਤਲਬ ਵੀ ਕੋਈ ਵੀ ਨੈਚੁਰਲੀ ਕੋਈ ਹਰਕਤ ਹੋ ਜਾਵੇ ਡਿਜ਼ਾਸਟਰ ਆਉਂਦਾ, ਹਾਂਜੀ ਹਾਂਜੀ, ਤਾਂ ਉੱਥੇ ਸਾਡੀ ਟੀਮ ਪਹੁੰਚਦੀ ਹੈ ਜੀ। ਬਹੁਤ ਧੰਨਵਾਦ ਦੋਸਤੋ, ਤੁਹਾਡੀ ਸੇਵਾ ਨੂੰ ਸਲਿਊਟ ਹੈ, ਤੁਸੀਂ ਇਸੇ ਤਰ੍ਹਾਂ ਮਾਨਵ ਕਲਿਆਣ ਸੇਵਾ ਦੇ ਵਿੱਚ ਲੱਗੇ ਰਹੋ ਕਿਉਂਕਿ ਦੇਸ਼ ਨੂੰ ਇਸ ਵਕਤ ਬਹੁਤ ਵੱਡੀ ਜ਼ਰੂਰਤ ਹੈ ਸਾਡੇ ਇਹਨਾਂ ਨੌਜਵਾਨਾਂ ਦੇ ਸਾਥ ਦੀ, ਕਿਉਂਕਿ ਨੌਜਵਾਨੀ ਪੜ੍ਹੀ ਲਿਖੀ ਨੌਜਵਾਨੀ ਸੇਵਾ ਭਾਵ ਨਾਲ ਅੱਗੇ ਆਊਗੀ ਤਾਂ ਦੇਸ਼ ਦੇ ਵਿੱਚ ਜਿਹੜਾ ਇੱਕ ਖਾਈ ਪੈਦਾ ਹੋ ਰਹੀ ਹੈ, ਇੱਕ ਪਾੜਾ ਪੈਦਾ ਹੋ ਰਿਹਾ, ਜ਼ਾਤਾਂ ਦਾ, ਧਰਮਾਂ ਦਾ, ਨਸਲਾਂ ਦਾ, ਮਜ਼ਹਬਾਂ ਦਾ, ਛੋਟੇ ਦਾ, ਵੱਡੇ ਦਾ, ਅਮੀਰ ਦਾ, ਗਰੀਬ ਦਾ, ਉਹ ਪਾੜਾ ਇਹਨਾਂ ਵਰਗੇ ਨੌਜਵਾਨ ਜਾਂ ਇਹੋ ਜਿਹੀਆਂ ਸੰਸਥਾਵਾਂ ਜਾਂ ਫਿਰ ਇੱਦਾਂ ਦੇ ਜਿਹੜੇ ਕਾਰਜ ਜਾਗਰੂਕਤਾ ਲਹਿਰ ਜਾਂ ਮਾਨਵ ਕਲਿਆਣ ਹਸਪਤਾਲ ਦੁਆਰਾ ਜਿਹੜੇ ਕੀਤੇ ਜਾਂਦੇ ਨੇ, ਇੱਦਾਂ ਦੇ ਕਾਰਜਾਂ ਦੇ ਨਾਲ ਹੀ ਉਹ ਪਾੜਾ ਖਤਮ ਹੋਏਗਾ। ਆਓ ਜਿਹੜੇ ਜਾਗਰੂਕਤਾ ਲਹਿਰ ਔਰ ਮਾਨਵ ਕਲਿਆਣ ਸੰਸਥਾ ਨਾਲ ਜੁੜੇ ਹੋਏ ਅਦੀਬ ਨੇ, ਸੱਜਣ ਨੇ, ਜਿਹੜੇ ਲਗਾਤਾਰ
कैंपां दे विच सेवा निभाउंदे ने जां कैंप लाउंदे ने, खर्चा अपने वालों बीयर करदे ने, 2-2.5 लाख रुपए जिन्ने का खर्चा भी होएगा वो खर्चा अपने वालों करदे ने। आओ उन्हां नाल भी गलबात करदे हां। जदों असीं गुरद्वारा श्री बाबे के भांखरपुर पहुँचे हुए हाँ, जिथे अखां दा, दंदां दा अते नशा छड़ाऊ जिहड़ा फ्री कैंप है वह ऑर्गेनाइज किया हो, जिस दे विच मुख्य भूमिका जिहड़ी है वह जागरूकता लहर वालों निभाई जाती है, क्योंकि जागरूकता लहर हर वेले उपराला करता है कि कोशिश करता है कि पूरे पंजाब दे विच वख-वख थावां दे उत्ते जाके अपनी संस्था दे राही नौजवानों नूं जागरूक किया जाए कि नशियां तों बचा रखा जाए, बजुर्गों की सेवा तहत अखां दे कैंप, दंदां दे कैंप अते होर मैडिकल सुविधावां दे जिहड़े कैंप ने। साडे नाल सरदार अरविंदर सिंह होरी ने जिहड़े जागरूकता लहर दे बाणी भी कह सकते हैं, करता धरता भी ने, ते इस दे मुख सूत्र ने। सत श्री अकाल भाई जी, स्वागत है तुहाडा। वाहिगुरू जी का खालसा, वाहिगुरू जी की फतेह। भाई साहब, ये ख्याल किवें आया भी जागरूकता लहर चलाई जाए या इदां दी संस्था या इदां दी NGO बनाई जाए जिहदे नाल समाज का भला हो सके, क्योंकि लोगों को अपना भला करन तो ही वेल नहीं मिलती। ये सब तो पहला तो मैं पंजाब TV का, वॉइस ऑफ पंजाब TV का बहुत तह दिलों धन्यवाद करदा कि उन्होंने आ के इत्थे साडे एक वार कहते कवरिंग करके इत्थे साडे न्यूज़ के राही थोड़े तक मेरे विचार पहुँचाने जरूरी समझे। मैं तह दिलों धन्यवादी हाँ वॉइस ऑफ पंजाब का। तो वीर जी, ये विचार साडा असी उस सिखी दे कण है जिन्हां दे विच भाई कन्हैया वर्गे महान हस्तियां जिहड़े निकलियां जिहड़े कि दुश्मनां नूं भी पानी पिलाउंदे सीगे। तो उस तो बाद साडा इदां दा विचार होया कि क्यों ना कि जिहड़ी नौजवान पीढ़ी है नशियां दे विच गुलतान हो रही है जिहदा कि इन्ना रौला रप्पा पाया जा रहा है, पर अज दे टाइम दे विच नशेड़ी बहुत घट है पंजाब दे अंदर। पंजाब नूं किसे टाइम दे विच सोने दी चिड़ी कहा जांदा सीगा, पर अज दे टाइम दे विच इस नूं नशेड़ी मुल्क दे नाम तों जाणिया जांदा। इस दे विच आपां किते भी जांदे आ, कोई बाहर बंदा जांदा उहनूं पंजाबी ते घट समझ लगदा, वो यही कहिंदा सीगा जी तुसीं पंजाबी दा, पंजाब दा नशेड़ियां दा मुल्क है। ते असीं इह बैठे विचार करदे पता लग गया जी साडे ते, हैना दाग लग गया, दाग लग गया। ते उत्ते बैठे सोचा कि क्यों ना कुछ इदां दा कीता जावे जिहदे नाल नौजवान पीढ़ी दे जिहड़े उत्ते धब्बा लग्गिया होया नशेड़ी पंजाब दा, इहदी इक छवी सुधारी जावे ते नाल सेवा भी हो जावे। ते उस करके ये डी एडिक्शन दे उत्ते 2017 असी रजिस्ट्रेशन कराई सीगी तां जो असी डी एडिक्शन दे विच घर घर जाके पिंड पिंड जाके नौजवानों स्कूलों कालजां दे विच जाके पिंडां दे विच कोई प्रोग्राम हुंदा उत्थे जाके असी नौजवानों नूं अवेयर कर सकीए जिहड़े नशे कर रहे हैं उन्हां नूं उस दलदल चों कढ लईए, ते जिहड़े करन वाले आ आउण वाली पीढ़ी है उन्हां नूं बचाया जावे। इस करके उदों तो उपराला ये शुरू किया सीगा असी, ते रजिस्ट्रेशन करवा के प्रॉपर तरीके नाल ये अगे उपराला शुरू किया गया। तो ये जागरूकता लहर के कार्ज है जिहड़े वो अगे भी चल रहे ने, ते काफ़ी कार्ज है जिदा कि तुसी देखिया भी होएगा वीडियो लाइव दे विच या कॉन्फ्रेंस दे किते भी, असी लॉकडाउन दे अंदर जदों तो लॉकडाउन लग्या उदों तो डेरा बसी दे इलाके दे विच SHO डेरा बसी DSP मुबारकपुर इन्हां दे सहयोग दे नाल मिल के ये लॉकडाउन दे अंदर अप्रैल दे विच साडी जिहड़ी सेवा उह शुरू हो चुकी सीगी, जिस दे विच असी फ्री लंगर प्रोवाइड करवा रहे सीगे लोकां दे घरे जा जा के उन्हां नूं बणिया होया लंगर, जिन्हां दे कोल सिलेंडर नहीं हैगे भरन वाले, कईआं दे इदां दा बुरा हाल हो गया सीगा मई जून दे तक जाके उन्हां दे सिलेंडर खत्म हो गए सीगे, उत्थों पैसे नहीं सीगे, दिहाड़ीदार बंदे सी, उन्हां कोल पैसे नहीं सीगे जी, अकाउंट भी बंद सीगे, बैंक बंद सीगे, पैसे कढ़ा नहीं सकदा सीगा, ते उह वीरां तक सिलेंडर दी पहुँच करके दित्ती आ, भरवा के सिलेंडर सेवा करके दित्ती आ। कि कुछ वीर इदां दे सीगे जी, सानूं इह फेस हुंदा सीगा जदों आपां लंगर लै के जांदे सीगे, फेस इह हुंदा सीगा जी वी वीरे वी तुसीं राशन दा देता पर बालन वास्ते गैस बनाइए, इह वी सवाल आउंदे ने। हांजी, फिर उस पोजीशन नूं मद्देनज़र रखते हुए ये शुरू तो ही जिहड़ियां ये कार्यकारी जिहड़ी प्रणालियां चल रही सीगियां समूह टीम दा, जागरूकता लहर टीम दा पूरी दा मैं तह दिलों धन्यवादी हाँ, जिन्हां ने लॉकडाउन दे टाइम दे विच पूरी दुनिया उस टाइम दे विच इन्नी महामारी नाल जूझ रही सीगी, पर साडे वॉलंटियर, साडी टीम,
चाहे भावें फतेहगढ़ साहब की टीम है वह भावें चमकौर साहब की टीम है भावें रोपड़ की टीम है भावें डेरावसी की टीम है भावें खन्ने की टीम है भावें बलाचौर की टीम है सारिया ने अपनी लॉकडाउन के पूरी किया उन्होंने अपने कार्ज लोगों तक राशन मुहैया कराए हैं लंगर की व्यवस्था बने हुए लंगर की व्यवस्था किसी सिलेंडर की प्रॉब्लम है सिलेंडर ईवन कुछ लोगों के बिजली के बिल भी भरवा के दते ने लॉकडाउन के अंदर क्योंकि कोई इदा का सिस्टम इदा का सगा जी मीडिया वाले तुम वीर हो ज़्यादा पता है कि उस पोजिशन ही कुछ इदा की सी बिल्कुल उदो हालात सचमुच बहुत माड़े से अरविंदर जी मैं ये गल भी सांझी करो तुम भी जदों तुम पंजाब के विचरते हो खास तौर उत्ते डी एडिक्शन से ला लीए जां अखां दे कैंपां ते ला लीए फिर जिहड़े दूर दराडे दे इलाके ने पंजाब दे कोई बठिंडे का एरिया कोई संगरूर का एरिया कोई मानसा का एरिया है ना जां उधर अंबरसर पठानकोट वाल दे जिहड़े दूर दराडे दे एरिया ने उत्थे तक फिर किवें टाई अप किवें हुंदे आ किहड़ियां किहड़े हस्पताल ने जां किहड़ियां संस्थावां ने जिन्हां दे राहीं तुहाडी सेवा जिहड़ी आ उह पहुंचदी आ लोकां तक जां लोक तुहाडे नाल जुड़ पाउंदे ने। इह वीर जी बहुत वधिया सवाल आ तुहाडा। ये पहला तो शुरुआती तौर पर असी अपने हल्के तो शुरू की सी सेवा ये तो हल्के टीम इदा की होंगी है जानकार बड़े होंगे जिदा मेरे वीर बैठे ने ये होर हो गए मेरे वीर वॉलंटियर हो गए साढ़े ये हौली हौली जुड़े हैं क्योंकि जानकार सके तो हल्के सेवा ज़्यादा सानू औखी नहीं हुई करनी उस दे विच मेरे वॉलंटियर वाला अगे होकर काम करा देंगे सके उस तो बाद सानू थोड़ी आप फिर डिस्ट्रिक वाइज कर ली है उस तो बाद अपना डिस्ट्रिक वाइज करने तो बाद थोड़ी सानू प्रॉब्लम शुरू कितने हो गई आनी है जोड़े डिस्ट्रिक्ट तो बाहर के मरीज सके या डी एडिक्शन के उत्ते नौजवान सके जोड़े वीडियो देख के साड़ी अवेयरनैस की वीडियो असं पाते सके देख के सानू फोन करते वीरे भी मैं नशा छड़ना है भी मैं किदा छड़ सकदा फिर सानू पता लगता सी हाँ जी कितों कहता सी मैं मलेरकोटले तो बोलदा जी कोई कहता जी मैं जलंधर तो गल कर रहा जी कोई मैं अमृतसर तो गल तो उत्ते सानू प्रॉब्लम का सामना करना पाया। उस तो उपरंत फिर असी ये सोचा कि क्यों ना ये दायरा बढ़ाया जाए फिर हूँ अज 3 साल हो गए ने साड़ी एन जी ओ रजिस्टर हुई नूं ते 122 हॉस्पिटलों के नाल पंजाब दे जिन्हां नाल साडा टाई अप है उहदे विच फोर्टिस हो गया ग्रेशियन हो गया ठीक है जी होर कई इदां दे अदारे आ मानव कल्याण चैरिटेबल ट्रस्ट हो गए उस दे विच कुछ तां सरकारी अदारे आउंदे आ जी कुछ प्राइवेट अदारे आउंदे आ जिन्हां नूं लाइसेंस मिलिया होया है नशा छुड़ाऊ केंद्र दा उहनां कोल असीं अपना मरीज़ भेजदे हुंदे आ जी ते मरीज़ दा जिन्ना भी खर्चा हुंदा है उसका हॉस्पिटल का उसका टेस्टा का उसका या दवाई का मेडिसिन का कोई भी खर्चा है वो बिल्कुल फ्री होंदा साड़ी टीम के वलों असी मरीज नूं कोई पेमेंट नहीं देनी होंदी वो असी सिर्फ हॉस्पिटल नूं पे करते हैं। तो उस तो बाद मरीज का जड़ा उत्ते हुंदा किदां इलाज वो हुंदा इदां है जिदा कि कोई अमृतसर का मरीज है तो साढ़े को कॉल आ जाती है भी वीर मैं नशा छड्डना है भी मैनू कोई चंगे राह पाओ या कोई हॉस्पिटल का एड्रैस दो तो उन्होंने असी जिहड़े एरिए मरीज़ रह रहा है उसके नियर अबाउट जिहड़ा उहदे नेड़े तेड़े कोई साडा सेंटर बनिया होया जिन्हां नाल साडा टाई अप है असी उन्होंने कॉल करते हैं या उन्होंने वो लोकेशन दस दें भी थोड़े नेड़े ए वाले इत्थे सेंटर बने हुए ने तुसीं इन्हां विच जाके एन जी ओ जागरूकता लहर का नाम लेके अपनी उत्थों दवाई चालू करा सकते हो अपनी रजिस्ट्रेशन करा लो अपनी दवाई ऐं कर तुसीं इक विच ना गल फंड दी आई एक शब्द आया पैसा है ना भी मरीज़ नूं नहीं देना दिंदे पिछले दिनों च पंजाब च खासियां चर्चावां हुईयां वो चर्चावां मतलब जिहड़े लोग सेवा कर रहे सीगे उन्हां ते बड़े इल्जाम लगे विदेशों चों भी इल्जाम लगे देशों चों भी लगे इत्थे भी लगे पैसे दा घीच मचौला जदों विच आ जांदा उदों वाधू दी बदनामी खटना जांदी है। एक पासिओं तां बंदा सेवा भावना लग्या हुंदा पर यह चीज़ ऐसी है पैसा जिस करके कई सारियां दिक्कतां परेशानियां भी आउंदियां। दो एक सवाल दे विच ही दो सवाल ने पहली गल तां इह कि तुहाडे जिहड़े फंड ने उह किवें मुहैया हुंदे ने तुसीं किस तरीके की सहायता लैंदे हो लोकां तों जां किवें लैंदे हो। दूजी गल पारदर्शिता रखण लई क्योंकि तुहाडी एन जी ओ रजिस्टर्ड है तो पहलां जिन्हां ते दोष लगे ने कई सारे लोगों के उत्ते कहिंदे तां एन जी ओ सी पर उह एन जी ओ नहीं सी अपने प्राइवेट ग्रुप सी क्योंकि उह रजिस्टर्ड नहीं कराए हुए सीगे फंडिंग तुहाडी किवें हुंदी है ते खर्चियां दे वेरवे ते हिसाब किताब फिर किवें रखे जांदे आ। ਇਹ ਇੱਦਾਂ ਹੈ ਸਰ ਜਿੱਦਾਂ ਕਿ ਸ਼ੁਰੂਆਤੀ ਤੌਰ 'ਤੇ ਤਾਂ ਜਦੋਂ ਆਪਾਂ ਪਹਿਲੇ 1 ਸਾਲ ਮਤਲਬ ਕਿ 17 ਤੋਂ ਲੈ ਕੇ 18 ਤੱਕ ਪਹਿਲੇ 1 ਸਾਲ ਅਸੀਂ ਆਪਣਾ ਹੀ ਗਰੁੱਪ ਸੀਗਾ ਸਾਡਾ ਮੁੰਡਿਆਂ ਦਾ 20 ਤੋਂ 22 ਮੁੰਡੇ ਸੀਗੇ ਜੀ ਅਸੀਂ ਹਰ ਮਹੀਨੇ 1000 ਜਾਂ 2000 ਰੁਪਏ ਦੀ ਪਰਚੀ ਰੱਖਦੇ ਸੀਗੇ ਆਪਣੀ ਫੰਡ ਆਪ ਇਕੱਠਾ ਕਰਕੇ ਉਹ ਆਪਣੇ ਅਕਾਊਂਟ 'ਚ ਤਾਂ ਜਮ੍ਹਾਂ ਕਰਾਉਣਾ ਨਹੀਂ ਹੁੰਦਾ ਸੀਗਾ ਉਹ ਪੇਮੈਂਟ ਆਪਣੇ ਕੋਲ ਹੀ ਰੱਖ ਕੇ ਉਹਦੇ ਨਾਲ ਹੀ ਆਪਾਂ ਕਾਰਜਕਾਲ ਸ਼ੁਰੂ ਕਰਦੇ ਸੀਗੇ ਫਿਰ ਜਿੱਦਾਂ ਜਿੱਦਾਂ ਦਾਰਾ ਵੱਧਦਾ ਗਿਆ ਸਾਨੂੰ ਫਿਰ ਫੰਡ ਦੀ ਲੋੜ ਪੈਂਦੀ ਰਹੀ
तो उस हिसाब न फिर असी की किया कि असी ये शुरुआत तो ही साडा तुसी क्लीयरेंस देख सकते हो बैंक के तुसी स्टेटमेंटा देख सकते हो जदों तो साडा अकाउंट खुलिया है हूँ एन जी ओ के नाम के उत्ते अकाउंट है तो हाँ जी एन जी ओ के नाम से अकाउंट हैगा है जी जदों तो अकाउंट खुलिया है वो बस वो रेशो उत्थे ही चलती रहती है जी 10-20 हज़ार की रेशो चलती है अज भी वो 10-20 हज़ार है पर हूँ आ गई गल कि अगर 10-20 हज़ार है तो यह फंड किदा जनरेट हो रहा एडा बड़ा कार्यकाल किदा संभालिया होया वो संभालन का एक असी एक बैठे सीगे सानू मतलब कि किसी बड़े सूझवान जिहड़े कह लो कि पुराने टाइम दे विच निकले हुए हैं उन्होंने सानू बहुत वधिया एक दस्या आपां उन्हां दे नाल ही जिन्हां जो उन्होंने दस्या उस दे हिसाब नाल ही चल रहे सीगे ते हुण जिद्दां कोई मरीज है साढ़े को आ जाता है जी भी ये मैं दवाई खानी है या वह 1000 खर्चा महीने का है या 2000 खर्चा महीने का या 5000 खर्चा महीने का है तो उसनू वीडियो जिहड़े एक तो नशेड़ी मुंडे आ जिन्होंने नशा छड्डना है वह देखते हुए हैं प्लस डोनर भी वो वीडियो में देखते होंगे जिन्होंने डोनेशन देनी होंगी है जो तो फोन करते हैं भीर जी भी तुसी ये मैं डोनेशन करनी है भी थोड़े अकाउंट से मैं पा दिना तो असी उन्होंने साफ जवाब दे दें साढ़े 3 साल हो गए हैं तुसी कोई भी देख सकता NRI वालों कोई फंड नहीं आया जिनी पेमेंट आई है साढ़े खुद के मुंडिया के ग्रुप वालों इकट्ठी करके ही असी अपनी पेमेंट पाई हुई है जिहड़ी भी कोई बाहरों पेमेंट आती है असी वो कदे अपने अकाउंट च नहीं पवाते ठीक है जी असी उन्होंने मरीज का नंबर देईदा भी ये मरीज है जी तुसी ए इन्ना इहदा कार्ड नंबर है ये इहदा अमृतसर दा इहदा एड्रैस है ये फलानी जगह फलाने हॉस्पिटल दे विच इहदा इलाज चल रहा है जी तुसी उत्थे हॉस्पिटल जाके ये इहदा कोड नंबर है इस कोड नंबर की पेमेंट कर दो सीधा चेन बनाती तुसी आपां आप विचों निकल जाने जरिया बन जाने पुल आपां बन जाने पर ये भी सीधा जिहड़ा पानी जिहदे तक पहुँचना है जिहदे राही पहुँचना वो पानी अपने आप उस जरूरतमंद तक पहुँच जाता है ये मैं सवाल तां पुछया सी पैसे वाला सवाल क्योंकि पैसे करके फिर कई बार बदनामी हो जाती बिल्कुल जी बिल्कुल बिल्कुल मैं बहुत थोड़ी गल तो मतलब कि समझदा इस चीज़ को क्योंकि पहले काफ़ी कुछ रौले पे हैं NGOs के नाम तो ठीक है जी हूँ इदा ही मतलब कि साढ़े मकाना की सेवा चल रही है ये तो चलो हो गया ये चल रहे थे नशा छुड़ाऊ के उत्ते काम कर रहे हैं ये तो एक साड़ी चेन बन गई सी 1.5-2 साल हो गए थे इन एक्सपीरियंस भी हो गया सानू चलाना कितना इनू वो चला चुके से असी उस तो बाद जिदा जिदा असी पिंडा च निकलते सके विचरते सके जी कैंप लाने जाइदा सीगा जी कदे रोपड़ चमकौर साहब खन्ना या किते भी तो उत्थे सानू ये भी लगता सीगा भी पिंड दे विचों जिहड़ियां कैंप लाउण आईयां बीबियां उन्हां तो विचार तो यह पता लगता सीगा जी भी हाँ जी माता जी की गल हो गई वो रोंदियां हुंदियां सीगा कहिंदे भी वीरे भी इदां करके भी बच्चा मेरा नशे च गुलतान हो गया उन्हें नशेड़ी होकर सारा मकान मतलब कि प्लॉट प्लूट जो सीगा को सब कुछ सेल कर चुका सिर्फ मेरे को एक मकान रह गया और ये भी कल नू बाले और कड़ियाँ गिरन वाले हैं भी तुसी एक हथ बेनती है भी तुसी इन्हां दे बारे भी कुछ सोचो तो असी फिर पिंड दे पंचा सरपंचा नाल गल करके उन्हां दे नाल मिल के पंचायत दे नाल भावें किसी भी पिंड असी कैंप लाने जाते सीगे पंचा पंचायत मैंबर नाल मिल के डिस्कस करके ते उत्थे जो सेवा बनती सीगी साडी टीम वालों उस पिंड दे पंचायत वालों मिल के उस मकान की सेवा नू पूरा किया जाता सीगा ते उस दे विच पंचायत मैंबर जो सेवा पाते सीगे या कोई होर मेरा वीर सेवा पाते सीगे उस सेवा तो बाद अगर जो कुछ भी घटता सीगा जी चाहे इट्टां घट जाण रेता घट जाण बजरी घट जाण या कोई होर माया घट जाए लेबर की ठीक है जी तो वह असी डोनेशनां नू मंग पाउंदे सीगे भी हाँ जी ये तुसी इन्नी माया सानू चाहीदी है वह भी माया नहीं लेनी जी आपां इट्टां चाहीदियां तां इट्टां मंगा लईआं जी समान मंगा लिया समान मंगा लिया हाँ जी सीमेंट चाहीदा सीगा सिर्फ पेमेंट लेबर वाले नू दिंदे सीगे जी उहदे विच्चों भी एक मेरे वीर ने सीगे जी चूड़ माजरे तो चमकौर साहब दे नेड़े पैंदा जी एक मेरा अमनदीप वीर है उत्थे दा वलंटियर है अमनदीप मकड़ौने तो एक अमनप्रीत सिंह है मुंडा एक गुरप्रीत सिंह है जी एक चमकौर साहब तो लखबीर सिंह मुंडा जी ये साढ़े वलंटियर ने सीगे जी उधर दे हैं फतेहगढ़ चमकौर साहब दे एरिया तो ते ए बहुत इन्होंने वड्डा योगदान पाया मुंडिया ने इन्होंने अगे हो के आप अपनी सेवा फड़दे सीगे जो भी किसी नूं कहना जी हाँ जी ये फलाने पट्ठे तो इट चक्की है जी उन्होंने देख रेख करनी है सारी इट वाले नूं पेमेंट करनी है रेते वाले नूं पेमेंट करनी है इस दे विच पेमेंट का रौला कदों पैंदा सीगा जदों अगर आपां फंड सीधा लईए तां साडी इक मजबूरी सीगी लेबर वाले वीर नूं तां पैसे देने पैणे है बिल्कुल राज मिस्त्री नूं तां मजदूरां नूं तां देने पैणगे लेबर वाले हो गए चलो वह वक्री गल हुंदी सी साडे कोल मिस्त्री भी लेबर वाले भी कुछ इदां दे मेरे वीर जुड़े हुए सीगे सज्जण मित्र जिहड़े कि सानूं एक या दो दिहाड़ी अपने वल्लों छड्ड जांदे सी भी इह सेवा चल रही है तो उन्होंने पेमेंट किदां दिंदे हुंदे सीगे असीं पूरे वलंटियर इकट्ठे करके ਉਹਨਾਂ ਦੇ ਕੋਲੋਂ ਜਿਹੜਾ ਡੋਨੇਸ਼ਨ ਵਾਲਾ ਵੀਰ ਹੁੰਦਾ ਸੀਗਾ ਉਹਨੂੰ ਉੱਥੇ ਬੁਲਾਉਂਦੇ ਸੀਗੇ ਉਦੋਂ ਬੁਲਾ ਕੇ ਉਹਦੇ ਨਾਮ ਤੋਂ ਵਾਊਚਰ ਕਟਾ ਕੇ ਉਦੋਂ ਖੁਦ ਪੇਮੈਂਟ ਦਿਵਾਉਣੀ ਹੈ ਲੇਬਰ ਵਾਲੇ ਨੂੰ ਵੀ ਤੁਸੀਂ ਇਹ ਸਿੱਧੀ ਦਿਓ ਇਹਨਾਂ ਦੀ ਇੰਨੀ ਪੇਮੈਂਟ ਬਣਦੀ ਹੈ ਤੁਸੀਂ ਇਹਨਾਂ ਨੂੰ ਦੇ ਦਿਓ
ਤੁਸੀਂ ਕਿੰਨੀ ਦੇਣੀ ਹੈ, ਤੁਸੀਂ ਆਪਣੀ ਸੇਵਾ ਕਰ ਦਿਓ। ਇੱਕ ਮਿਸਤਰੀ ਦੀ ਦੇ ਦਿਓ, ਦੋ ਮਿਸਤਰੀ ਦੇ ਦਿਓ, ਪੰਜ ਦੀ ਦੇ ਦਿਓ, ਤੁਹਾਡੀ ਇੱਛਾ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਇਹ ਇੱਦਾਂ ਦੇ ਉੱਥੇ ਕਾਰਜ ਚੱਲ ਰਹੇ ਸੀਗੇ ਸਾਡੇ। ਬਹੁਤ ਧੰਨਵਾਦ ਅਰਵਿੰਦਰ ਸਿੰਘ ਜੀ। ਉਮੀਦ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਗਰੂਕਤਾ ਲਹਿਰ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਜਾਗਰੂਕਤਾ ਫੈਲਾਉਂਦੀ ਰਹੇਗੀ, ਕਿਉਂਕਿ ਜਿਹੜਾ ਇਹਨਾਂ ਦਾ ਬੇਸ ਥੀਮ ਸੀ ਡੀ ਐਡਿਕਸ਼ਨ, ਯਾਨੀ ਕਿ ਜਿਹੜਾ ਇੱਕ ਦਾਗ ਇੱਕ ਧੱਬਾ ਪੂਰੀ ਦੁਨੀਆ 'ਚ ਲੱਗ ਗਿਆ ਕਿ ਪੰਜਾਬੀ ਤਾਂ ਨਸ਼ੇੜੀ ਹੋ ਗਏ, ਪੰਜਾਬੀ ਦੀ ਨੌਜਵਾਨੀ ਡੁੱਬ ਗਈ। ਉਸ ਤੋਂ ਅਗਲੇਰਾ ਕੰਮ ਜਿਹੜਾ ਇਹਨਾਂ ਨੇ ਬਜ਼ੁਰਗ ਮਾਤਾਵਾਂ ਬੀਬੀਆਂ ਭੈਣਾਂ ਅਤੇ ਉਹਨਾਂ ਦੀ ਸਿਹਤ ਨੂੰ ਸੰਭਾਲਣ ਲਈ ਅੱਖਾਂ ਦਾ ਅਤੇ ਦੰਦਾਂ ਦਾ ਜਿਹੜੇ ਕੈਂਪ ਲਾਉਣੇ, ਸਿਹਤ ਦੇ ਚੈੱਕਅਪ ਦੇ ਕੈਂਪ ਲਾਉਣੇ ਸ਼ੁਰੂ ਕੀਤੇ, ਉਹ ਅਗਲੇਰਾ ਕਾਰਜ। ਉਸ ਤੋਂ ਅਗਲੇਰਾ ਕਾਰਜ ਲੋਕਡਾਊਨ ਦੇ ਦੌਰਾਨ ਜਿਹੜੀਆਂ ਦਿੱਕਤਾਂ, ਮੁਸ਼ਕਲਾਂ, ਪਰੇਸ਼ਾਨੀਆਂ ਆਮ ਗਰੀਬ ਲੋਕਾਂ ਨੂੰ ਝੱਲਣੀਆਂ ਪਈਆਂ, ਉਹ ਸੱਚਮੁੱਚ ਸਾਨੂੰ ਵੀ ਪਤਾ, ਕਿਉਂਕਿ ਅਸੀਂ ਵੀ ਉਸ ਦੌਰ ਦੇ ਵਿੱਚੋਂ ਨਿਕਲੇ ਹਾਂ, ਔਰ ਖਾਸ ਤੌਰ 'ਤੇ ਹਜੇ ਕੋਵਿਡ ਗਿਆ ਨਹੀਂ ਹੈ, ਅਸੀਂ ਉਸ ਦੌਰ ਦੇ ਵਿੱਚੋਂ ਨਿਕਲ ਰਹੇ ਹਾਂ। ਪਰ ਲੋਕਡਾਊਨ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਸੇਵਾ ਨਿਭਾਈ, ਘਰ ਬਣਾਉਣ ਵਾਲੇ ਜਿਹੜੇ ਕਾਰਜ ਨੇ, ਕਿਉਂਕਿ ਜਿਉਂ ਜਿਉਂ ਜਿਵੇਂ ਜਿਵੇਂ ਜਿੱਥੋਂ ਜਿੱਥੋਂ ਜਿਹੜੀ ਜਿਹੜੀ ਸੇਵਾ ਆਉਂਦੀ ਹੈ, ਉਹ ਸੇਵਾ ਜਾਗਰੂਕਤਾ ਲਹਿਰ ਆਪਣੇ ਵੱਲੋਂ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ। ਉਮੀਦ ਅਤੇ ਆਸ ਕਰਦੇ ਹਾਂ ਕਿ ਜਾਗਰੂਕਤਾ ਲਹਿਰ ਦੀ ਸਾਰੀ ਟੀਮ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਜਾਗਰੂਕਤਾ ਦੀ ਲਹਿਰ ਹੈ ਉਸ ਨੂੰ ਬੁਲੰਦ ਕਰਦੀ ਰਹੇਗੀ, ਅੱਗੇ ਲੈ ਕੇ ਜਾਂਦੀ ਰਹੇਗੀ। ਦਿਓ ਪ੍ਰਿੰਸ ਭਾਰਦਵਾਜ ਨੂੰ ਇਜਾਜ਼ਤ, ਬਣੇ ਰਹੋ ਵੌਇਸ ਆਫ ਪੰਜਾਬ ਟੀ ਵੀ ਦੇ ਨਾਲ। ਸਤਿ ਸ਼੍ਰੀ ਅਕਾਲ।